ਹੈਲੋ ਆਪੀਵਨ ਵੈਲਕਮ ਟੂ ਪੰਜਾਬੀ IQ ਪੰਜਾਬੀ IQ ਦੇ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰਾਂਗੇ ਸਪੈਸ਼ਲ ਮੌਕ ਟੈਸਟ ਸੀਰੀਜ਼ ਇਹੇ ਸੀਰੀਜ਼ ਦਾ ਡੈਮੋ ਵੀਡੀਓ ਰਹੇਗਾ ਜਿਸ ਦੇ ਵਿੱਚ ਆਪਾਂ ਟੋਟਲ 25 ਕੁਐਸ਼ਨਸ ਜੀਕੇ ਤੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਅਗਰ ਤੁਸੀਂ ਇਸ ਕੋਰਸ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਆਈਕਿਊ ਚੈਨਲ ਜੋ ਹੈ ਇਸ ਦੇ ਉੱਪਰ ਵਿਜ਼ਿਟ ਕਰਨਾ ਹੈ ਔਰ ਇਸ ਦੇ ਨੀਚੇ ਇੱਕ ਜੁਆਇਨ ਬਟਨ ਇੰਸਟਾਲ ਹੈ ਉਸ ਨੂੰ ਜੁਆਇਨ ਕਰਨਾ ਹੈ ਨੈਕਸਟ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਸ ਤਰ੍ਹਾਂ ਇਸ ਕੋਰਸ ਦਾ ਜਿਹੜਾ ਫਾਇਦਾ ਉਠਾ ਸਕਦੇ ਹੋ ਇਸ ਮੌਕ ਟੈਸਟ ਸੀਰੀਜ਼ ਦੇ ਵਿੱਚ ਹਰ ਇੱਕ ਮੌਕ ਟੈਸਟ ਦੇ ਵਿੱਚ ਤੁਹਾਨੂੰ 40 ਕੁਐਸ਼ਨਸ ਮਿਲਣਗੇ ਜਿਸ ਦੇ ਵਿੱਚ 25 ਜੋ ਕੁਐਸ਼ਨਸ ਹੋਣਗੇ ਉਹ ਜੀਕੇ ਤੋਂ ਹੋਣਗੇ ਔਰ ਜੋ 15 ਕੁਐਸ਼ਨਸ ਹੋਣਗੇ ਉਹ ਰੀਜ਼ਨਿੰਗ ਤੋਂ ਹੋਣਗੇ ਹਰ ਇੱਕ ਮੌਕ ਟੈਸਟ ਦੇ ਵਿੱਚ ਤੁਹਾਨੂੰ 40 ਕੁਐਸਚਨ ਜਿਹੜੇ ਪ੍ਰੋਵਾਈਡ ਕੀਤੇ ਜਾਣਗੇ ਵਿਦ ਸੋਲੂਸ਼ਨ ਵੀ ਪ੍ਰੋਵਾਈਡ ਕੀਤਾ ਜਾਏਗਾ ਔਰ ਇਸ ਦੇ ਨਾਲ-ਨਾਲ ਤੁਹਾਨੂੰ ਸਾਰੀਆਂ ਪੀਡੀਐਫਸ ਨੇੜੀਆਂ ਉਹੋ ਵੀ ਸ਼ੇਅਰ ਕੀਤੀਆਂ ਜਾਣਗੀਆਂ ਸਾਰੀ ਜਾਣਕਾਰੀ ਜਿਹੜੀ ਆਪਾਂ ਇਸ ਵੀਡੀਓ ਵਿੱਚ ਡਿਟੇਲ ਵਿੱਚ ਕਵਰ ਕਰਾਂਗੇ ਜੋ ਵੀ ਪੇਪਰ ਪੀਪੀਐਸਸੀ ਦੇ ਦੁਆਰਾ ਕੰਡਕਟ ਕਰਵਾਏ ਜਾਂਦੇ ਨੇ ਉਹਨਾਂ ਸਾਰੇ ਐਗਜ਼ਾਮ ਦੇ ਲਈ ਇਹ ਸੀਰੀਜ਼ ਤੁਹਾਡੇ ਲਈ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਕਿਉਂਕਿ ਸਾਰੇ ਕੁਐਸਚਨਸ ਆਪਾਂ ਜੋ ਇਸ ਵਿੱਚ ਡਿਸਕਸ ਕਰਾਂਗੇ ਉਹ ਪ੍ਰੀਵੀਅਸ ਉਪਰ ਬੇਸਡ ਹੋਣਗੇ ਔਰ ਤੁਹਾਡੇ ਐਗਜ਼ਾਮ ਓਰੀਐਂਟਡ ਹੋਣਗੇ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਬਿਨਾ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾਂ ਡਿਸਕਸ ਕਰਦੇ ਆ ਪੰਜਾਬ IQ ਚੈਨਲ ਨੂੰ ਤੁਹਾਨੂੰ ਵਿਜ਼ਿਟ ਕਰਨਾ ਹੈ ਸਰਚ ਕਰਕੇ ਪੰਜਾਬ IQ ਚੈਨਲ ਨੂੰ ਸਰਚ ਕਰਨਾ ਹੈ ਇੱਥੇ ਤੁਸੀਂ ਦੇਖ ਰਹੇ ਹੋਗੇ ਇੱਕ ਜੁਆਇਨ ਬਟਨ ਹੈ ਇਸ ਨੂੰ ਇੰਸਟਾਲ ਕਰ ਦਿੱਤਾ ਗਿਆ ਹੈ ਇਸ ਚੈਨਲ ਦੇ ਉੱਪਰ ਪੰਜਾਬ IQ ਚੈਨਲ ਦੇ ਉੱਪਰ ਅਗਰ ਤੁਸੀਂ ਸਾਰੀਆਂ ਪੀਡੀਐਫਸ ਨੂੰ ਜਿਹੜਾ ਪਰਚੇਸ ਕਰਨਾ ਚਾਹੁੰਦੇ ਹੋ ਯਾਨੀ ਜੋ ਵੀ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ ਇਸ ਦੇ ਵਿੱਚ ਤੁਹਾਨੂੰ ਓਨਲੀ ਪੀਡੀਐਫਸ ਦਿੱਤੇ ਜਾਣਗੀਆਂ ਇਸ ਲਈ ਤੁਹਾਨੂੰ ਪੇ ਕਰਨੇ ਨੇ 299 ਰੁਪੀਆ ਪਰ ਮੰਥਾ ਯਾਨੀ 299 ਰੁਪਏ ਪਰ ਮੰਥਾ ਜਿਹੜਾ ਇਸ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਇਸ ਦੇ ਵਿੱਚ ਸਾਰੀਆਂ ਪੀਡੀਐਫਸ ਆਰ ਦੇ ਨਾਲ ਸ਼ੇਅਰ ਕੀਤੇ ਜਾਣਗੀਆਂ ਇਸ ਫਸਟ ਨੰਬਰ ਕੋਰਸ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਸੈਕੰਡ ਨੰਬਰ ਕੋਰਸ ਸੈਕੰਡ ਨੰਬਰ ਕੋਰਸ ਦੇ ਵਿੱਚ ਆਪਾਂ ਮੌਕ ਟੈਸਟਸ ਐਕਸਪਲੇਨੇਸ਼ਨ ਮਿਲੇਗੀ ਤੁਹਾਨੂੰ ਇਸ ਦੇ ਨਾਲ ਵਿਦਟ ਪੀਡੀਐਫਸ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੀਆਂ ਇਸ ਅ ਮੌਕ ਟੈਸਟ ਐਕਸਪਲੇਨੇਸ਼ਨ ਦੇ ਵਿੱਚ ਇਸ ਦੇ ਲਈ ਤੁਹਾਨੂੰ ਪੇ ਕਰਨੇ ਨੇ 599 599 ਰੁਪਏ ਪਰ ਮੰਥ ਇਸ ਦੇ ਨਾਲ ਤੁਹਾਨੂੰ ਹਰ ਇੱਕ ਮੌਕ ਟੈਸਟ ਦੇ ਵਿੱਚ 25 ਕੁਐਸਚਨਸ ਜੀਕੇ ਤੋਂ ਔਰ 15 ਕੁਐਸਚਨਸ ਰੀਜ਼ਨਿੰਗ ਤੋਂ ਵਿਦ ਐਕਸਪਲੇਨੇਸ਼ਨ ਪ੍ਰੋਵਾਈਡ ਕੀਤਾ ਜਾਏਗਾ ਔਰ ਨਾਲ-ਨਾਲ ਤੁਹਾਨੂੰ ਜਿਹੜੇ ਟੈਸਟਸ ਨੇ ਉਹ ਵੀ ਪ੍ਰੋਵਾਈਡ ਕੀਤੇ ਜਾਣਗੇ ਔਰ ਪੀਡੀਐਫ ਵੀ ਤੁਹਾਨੂੰ ਸ਼ੇਅਰ ਕੀਤੇ ਜਾਣਗੀਆਂ ਵਿਦ ਦਾ ਹੈਲਪ ਆਫ ਟੈਲੀਗ੍ਰਾਮ ਜਾਂ ਫਿਰ ਵਟਸਐਪ ਇਹਨਾਂ ਦੇ ਨਾਲ ਤੁਸੀਂ ਇੰਟਰ ਲਿੰਕ ਹੋ ਸਕਦੇ ਹੋ ਮੇਰੇ ਨਾਲ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਤੁਹਾਡੇ ਡਾਊਟ ਹੋਣਗੇ ਉਹ ਵੀ ਤੁਹਾਨੂੰ ਕਲੀਅਰ ਕਰਿਆ ਕਰਾਂਗੇ ਇਸ ਮੌਕ ਟੈਸਟ ਐਕਸਪਲੇਨੇਸ਼ਨ ਦੇ ਵਿੱਚ ਇਸ ਦੇ ਵਿੱਚ ਜਿਹੜੇ ਮੌਕ ਟੈਸਟਸ ਹੈਲਪ ਹੋਣਗੇ ਤੁਹਾਡੇ ਕਰਨਗੇ ਜਿਹੜੇ ਇਹ ਪੀਪੀਐਸਸੀ ਪੀਟਪੀਐਸਪੀ ਪੀਐਸਪੀਸੀਐਲ ਪੰਜਾਬ ਪੁਲਿਸ ਹਾਈ ਕੋਰਟ ਜਾਂ ਫਿਰ ਪੰਜਾਬ ਦੇ ਕੋਈ ਵੀ ਐਗਜ਼ਾਮ ਨੇ ਉਹਨਾਂ ਸਾਰਿਆਂ ਦੇ ਲਈ ਇਹ ਮੌਕ ਟੈਸਟ ਸੀਰੀਜ਼ ਤੁਹਾਡੇ ਲਈ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਇਸ ਵਿੱਚ ਮੌਕ ਟੈਸਟਸ ਦੇ ਨਾਲ ਨਾਲ ਜੋ ਵੀ ਕਨਫਿਊਜ਼ ਦੇ ਕੁਐਸਚਨਸ ਹੋਣਗੇ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਲਾਸਟ 4 ਮਹੀਨਿਆਂ ਦੇ ਯਾਨੀ ਇਸ ਸੀਰੀਜ਼ ਵਿੱਚ ਜੋ ਲਾਸਟ 4 ਮਹੀਨਿਆਂ ਦੇ ਕਰੰਟ ਅਫੇਅਰਸ ਦੇ ਕੁਐਸਚਨਸ ਹੋਣਗੇ ਉਹ ਵੀ ਤੁਹਾਨੂੰ ਪੋਲਿਟਿਕ ਪ੍ਰੋਵਾਈਡ ਕੀਤੇ ਜਾਣਗੇ ਇਸ ਮੌਕ ਟੈਸਟ ਐਕਸਪਲੇਨੇਸ਼ਨ ਸੀਰੀਜ਼ ਦੇ ਵਿੱਚ ਉਸ ਤੋਂ ਬਾਅਦ ਡਿਸਕਸ ਕਰਦੇ ਆਪਾਂ ਜੋ ਇਸ ザ ਸਲੇਵਸ ਰੱਖਿਆ ਗਿਆ ਹੈ ਉਹ ਕੀ ਰੱਖਿਆ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆ ਰੀਜ਼ਨਿੰਗ ਆ ਰੀਜ਼ਨਿੰਗ ਦੇ 40 ਕੁਐਸਚਨਸ ਆਣਗੇ ਇਸ ਦੇ ਵਿੱਚ ਇਨਸ਼ੋਰ ਕੀਤਾ ਜਾਏਗਾ ਯਾਨੀ ਜੋ ਵੀ ਕੁਐਸਚਨਸ ਤੁਹਾਨੂੰ ਕਰਵਾਏ ਜਾਣਗੇ ਉਸ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ 15 ਤੋਂ 20 ਕੁਐਸਚਨਸ ਤੁਹਾਡੇ ਡਾਇਰੈਕਟ ਆ ਸਕਦੇ ਨੇ ਕਿਉਂਕਿ ਸਾਰੇ ਦੇ ਸਾਰੇ ਜਿਹੜੇ ਕੁਐਸਚਨਸ ਇਸ ਦੇ ਵਿੱਚ ਇਨਕਲੂਡ ਕੀਤੇ ਜਾਣਗੇ ਉਹ ਪ੍ਰੀਵੀਅਸ ਐਗਜ਼ਾਮ ਦੇ ਉੱਪਰ ਬੇਸਡ ਹੋਣਗੇ ਔਰ ਉਹੋ ਹੀ ਕੁਐਸਚਨਸ ਇਨਕਲੂਡ ਕੀਤੇ ਜਾਣਗੇ ਜਿਨ੍ਹਾਂ ਦੀ ਆਉਣ ਦੀ ਸੰਭਾਵਨਾ ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਹੈ ਯਾਨੀ 15 ਤੋਂ 20 ਕੁਐਸਚਨਸ ਨੇੜੇ ਇਨਸ਼ੋਰ ਕੀਤੇ ਜਾਣਗੇ ਲੌਜੀਕਲ ਰੀਜ਼ਨਿੰਗ ਤੋਂ ਜਿਹੜੇ ਕੁਐਸਚਨਸ ਪੁੱਛੇ ਜਾਣਗੇ ਉਸ ਤੋਂ ਬਾਅਦ ਇਸ ਦੇ ਵਿੱਚ ਤੁਹਾਨੂੰ ਕਰੰਟ ਅਫੇਅਰਸ ਤੋਂ ਪ੍ਰਵਾੜ ਕਿਤੇ ਜਾਣਗੇ 4 ਮਹੀਨਿਆਂ ਤੋਂ ਲੈ ਕੇ 4 ਤੋਂ 5 ਮਹੀਨਿਆਂ ਦੇ ਕਰੰਟ ਅਫੇਅਰਸ ਪ੍ਰਵਾੜ ਕਿਤੇ ਜਾਣਗੇ ਵਿਦ ਦਾ ਹੈਲਪ ਆਫ ਪੀਡੀਐਸ ਦਿੱਤਾ ਜਾਇਆ ਜਾਏਗਾ ਤੁਹਾਨੂੰ ਉਸ ਤੋਂ ਬਾਅਦ ਜੀਕੇ ਜਿਸ ਦੇ ਵਿੱਚ ਹਿਸਟਰੀ ਕਵਰ ਹੋਏਗਾ ਜਨਰਲ ਸਾਇੰਸ ਕਵਰ ਹੋਏਗਾ ਜੀਓਗ੍ਰਾਫੀ ਪੋਲੀਟੀ ਇਕਨੋਮੀ ਇਹ ਜਿਹੜੇ ਸਬਜੈਕਟ ਨੇ ਇਹਨਾਂ ਨੂੰ ਇੱਕ ਵਾਰੀ ਤੁਹਾਨੂੰ ਗੋ ਥਰੂ ਕਰਨਾ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਜ਼ਿਆਦਾ ਕੁਐਸਚਨਸ ਨਹੀਂ ਆਉਂਦੇ ਹੁੰਦੇ ਇਹਨਾਂ ਦੇ ਵਿੱਚੋਂ ਜਿਹੜਾ ਪਾਰਟਿਕੂਲਰ ਸਬਜੈਕਟ ਹੈ ਯਾਨੀ ਅਗਰ ਤੁਸੀਂ ਚਾਈਲਡ ਰਾਈਟਰ ਦੇ ਵਗੈਰਾ ਦੇ ਰਿਲੇਟਡ ਜਿਹੜੀ ਪੋਸਟ ਹੈ ਉੱਪਰ ਹੀ ਹੈ ਉਸ ਦੇ ਰਿਲੇਟਡ ਇਹ ਕੁਐਸਚਨ ਪੁੱਛੇ ਜਾ ਸਕਦੇ ਨੇ ਬਟ ਇਸ ਟਾਈਪ ਦੇ ਕੁਐਸਚਨ ਜਨੇੜੇ ਜ਼ਿਆਦਾ ਡਿਜ਼ਾਈਨ ਨਹੀਂ ਹੁੰਦੇ ਬਟ ਇਨਾਂ ਸਬਜੈਕਟਸ ਦੇ ਵਿੱਚੋਂ ਤੁਹਾਡੇ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਕੁਐਸਚਨ ਜਨੇੜੇ ਡਿਜ਼ਾਈਨ ਕੀਤੇ ਜਾਣਗੇ ਯਾਨੀ ਆਪਾਂ ਇਹ ਕਹਿ ਸਕਦੇ ਹਾਂ 50 ਦੇ ਅਰਾਊਂਡ ਕੁਐਸਚਨ ਜਿਹੜੇ ਹੋਣਗੇ ਉਹ ਕਰੰਟ ਅਫੇਅਰਜ਼ ਜੀਕੇ ਔਰ ਜਿਸ ਦੇ ਵਿੱਚ ਹਿਸਟਰੀ ਜੀਐਸ ਜੀਓਗ੍ਰਾਫੀ ਪੋਲੀਟੀ ਇਕਨੋਮੀ ਇਹ ਸਬਜੈਕਟ ਇਨਕਲੂਡ ਹੋਣਗੇ ਇਸ ਦੇ ਵਿੱਚੋਂ 50 ਕੁਐਸਚਨ ਡਿਜ਼ਾਈਨ ਕੀਤੇ ਜਾਣਗੇ ਅਗਰ ਗੱਲ ਕਰੀ ਆਪਾਂ ਕਰੰਟ ਅਫੇਅਰਜ਼ ਦੀ ਇਸ ਦੇ ਵਿੱਚ 4 ਤੋਂ 5 ਮਹੀਨੇ ਦੇ ਕਰੰਟ ਅਫੇਅਰਜ਼ ਆਣਗੇ ਔਰ ਪ੍ਰੀਵੀਅਸ ਨੂੰ ਦਿਮਾਗ ਵਿੱਚ ਰੱਖ ਕੇ ਸਾਡੇ ਸਾਰੇ ਕਰੰਟ ਅਫੇਅਰਜ਼ ਤਿਆਰ ਕੀਤੇ ਜਾਣਗੇ ਇਹ ਕਹਿ ਸਕਦੇ ਆਪਾਂ ਕਿ 10 ਦੇ ਆਸ-ਪਾਸ ਕੁਐਸਚਨਸ ਨੇੜੇ ਉਹ ਕਰੰਟ ਅਫੇਅਰਜ਼ ਤੋਂ ਪੁੱਛੇ ਜਾਣਗੇ ਯਾਨੀ 10 ਨੰਬਰ ਤੁਸੀਂ ਇਨਸ਼ੋਰ ਕਰ ਸਕਦੇ ਹੋ ਇਸ ਕਰੰਟ ਅਫੇਅਰਜ਼ ਸੀਰੀਜ਼ ਤੋਂ ਜੋ ਕਿ ਕਰੰਟ ਅਫੇਅਰਜ਼ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਇਸ ਸਪੈਸ਼ਲ ਕੋਰਸ ਸੀਰੀਜ਼ ਦੇ ਵਿੱਚ ਇਹ ਸਾਰੀ ਜਾਣਕਾਰੀ ਹੈ ਜੋ ਕਿ ਇਸ ਕੋਰਸ ਵਿੱਚ ਆਪਾਂ ਡਿਸਕਸ ਕਰਾਂਗੇ ਅਗਰ ਕੋਈ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਤੁਸੀਂ 5.99 ਪਰ ਮੰਥ ਦੇ ਹਿਸਾਬ ਦੇ ਨਾਲ ਇਸ ਨੂੰ ਪਰਚੇਸ ਕਰ ਸਕਦੇ ਹੋ ਜੁਆਇਨ ਬਟਨ ਦੇ ਉੱਪਰ ਕਲਿੱਕ ਕਰਕੇ ਉਸ ਦੇ ਬਾਅਦ ਪੇਮੈਂਟ ਦੇ ਆਪਸ਼ਨਸ ਆਣਗੇ ਉਸ ਨਾਲ ਤੁਸੀਂ ਵੀ ਕਿਸ ਕਿਸੇ ਵੀ ਹਿਸਾਬ ਦੇ ਨਾਲ ਪਰਚੇਸ ਕਰ ਸਕਦੇ ਹੋ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਜੁਆਇਨ ਕਰਨ ਦੇ ਵਿੱਚ ਤਾਂ ਤੁਸੀਂ YouTube ਦੇ ਉੱਪਰ ਸਰਚ ਕਰ ਸਕਦੇ ਹੋ ਹਾਊ ਟੂ ਜੁਆਇਨ ਜੁਆਇਨ ਬਟਨ ਆਫ ਐਨੀ ਚੈਨਲ ਯਾਨੀ ਕਿਸੇ ਵੀ ਚੈਨਲ ਦੇ ਉੱਪਰ ਜੁਆਇਨ ਬਟਨ ਜੋ ਹੈ ਇਨਸਟਾਲਡ ਇਸ ਨੂੰ ਆਪਾਂ ਕਿਸ ਤਰ੍ਹਾਂ ਜੁਆਇਨ ਕਰ ਸਕਦੇ ਹਾਂ ਉਸ ਤਰ੍ਹਾਂ ਤੁਸੀਂ ਸਰਚ ਕਰਕੇ ਜਿਹੜਾ ਇਸ ਨੂੰ ਜੁਆਇਨ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਇਹ ਕੋਰਸ ਹੈ ਜਿਹੜਾ ਸਟਾਰਟ ਕਦੋਂ ਹੋਏਗਾ ਇਹ ਜਿਹੜਾ ਕੋਰਸ ਹੈ ਉਹ ਸਟਾਰਟ ਹੋਏਗਾ 1 ਨਵੰਬਰ 2020 ਤੋਂ 1 ਨਵੰਬਰ 2020 ਤੋਂ ਇਹ ਕੋਰਸ ਸਟਾਰਟ ਹੋਏਗਾ ਔਰ ਡੇਲੀ ਤੁਹਾਨੂੰ ਇੱਕ ਵੀਡੀਓ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਇਸ ਮੌਕ ਟੈਸਟ ਸੀਰੀਜ਼ ਦੇ ਰਿਲੇਟਡ 1 ਨਵੰਬਰ 2020 ਤੋਂ ਪਹਿਲਾ ਪਹਿਲਾ ਜੇ ਅਗਰ ਕੋਈ ਸਟੂਡੈਂਟ ਚਾਹੁੰਦਾ ਇਸ ਨੂੰ ਪਰਚੇਸ ਕਰਨਾ ਤਾਂ ਤੁਸੀਂ ਜਲਦੀ ਤੋਂ ਜਲਦੀ ਪਰਚੇਸ ਕਰ ਸਕਦੇ ਹੋ ਇਸ ਦੇ ਵਿੱਚ ਟੋਟਲ ਜੋ ਸੀਟਸ ਰੱਖੀਆਂ ਗਈਆਂ ਨੇ ਔਰ ਰੱਖੀਆਂ ਗਈਆਂ ਨੇ 100 ਸੀਟਸ ਆ ਯਾਨੀ ਟੋਟਲ 100 ਸੀਟਸ ਇਸ ਦੇ ਵਿੱਚ ਰੱਖੀਆਂ ਗਈਆਂ ਨੇ 100 ਸੀਟਸ ਦੇ ਵਿੱਚ ਜੋ ਵੀ ਸਟੂਡੈਂਟ ਨੇ ਪਰਚੇਸ ਕਰਨਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਜਿਹੜਾ ਇਹਨੂੰ ਪਰਚੇਸ ਕਰ ਸਕਦੇ ਹੋ ਤਾਂ ਕਿ ਆਪਾਂ 1 ਨਵੰਬਰ 2020 ਤੋਂ ਜਲਦੀ ਹੀ ਇਹ ਜਿਹੜਾ ਕੋਰਸ ਆ ਉਹ ਸਟਾਰਟ ਕਰ ਸਕੀਏ ਸੋ ਆਪਾਂ ਡਿਸਕਸ ਕਰਦੇ ਹਾਂ ਤੁਹਾਨੂੰ ਪਤਾ ਹੈ ਮੇਰੇ ਜਿਹੜਾ ਐਕਸਪਲੇਨ ਕਰਨ ਦਾ ਤਰੀਕਾ ਹੈ ਉਸ ਦੇ ਨਾਲ ਨਾਲ ਕਾਫੀ ਅਟ੍ਰੈਕਟਿਵ ਵੀ ਮਿਲ ਸਕਦੇ ਨੇ ਤੁਹਾਡੇ ਪੇਪਰ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈ ਆਪਣੇ ਕੋਲ ਦਾ ਕਨਸਟੀਟਿਊਸ਼ਨ ਆਫ ਇੰਡੀਆ ਵਾਸ ਇਨੈਕਟਿਡ ਬਾਈ ਦਾ ਕਨਸਟੀਟੂਐਂਟ ਅਸੈਂਬਲੀ ਸੈਟਅਪ ਯਾਨੀ ਕਨਸਟੀਟਿਊਸ਼ਨ ਆਫ ਇੰਡੀਆ ਜੋ ਹੈ ਕਨਸਟੀਟੂਐਂਟ ਅਸੈਂਬਲੀ ਸੈਟਅਪ ਕੀਤੀ ਗਈ ਸੀ ਇਹ ਕਿਸ ਮਿਸ਼ਨ ਦੇ ਤਹਿਤ ਸੈਟਅਪ ਕੀਤੀ ਗਈ ਸੀ ਇਹ ਚਾਰ ਆਪਸ਼ਨਸ ਦਿੱਤੇ ਗਏ ਨੇ ਆਪਾਂ ਨੂੰ ਇਸ ਦੇ ਵਿੱਚ ਆਪਾਂ ਡਾਇਰੈਕਟ ਆਨਸਰ ਡਿਸਕਸ ਕਰਾਂਗੇ ਔਰ ਐਕਸਪਲੇਨੇਸ਼ਨ ਡਿਸਕਸ ਕਰਾਂਗੇ ਇਹ ਜਿਹੜਾ ਕਨਸਟਿਟੂਐਂਟ ਅਸੈਂਬਲੀ ਸੀ ਆਪਣੀ ਇਹ ਐਸਟੈਬਲਿਸ਼ ਕੀਤੀ ਗਈ ਸੀ ਅੰਡਰ ਦਾ ਕੈਬਨਿਟ ਮਿਸ਼ਨ ਪਲਾਨ 1946 ਦੇ ਤਹਿਤ ਯਾਨੀ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਆਪਣਾ ਉਹ ਹੈ ਬੀ ਆਪਸ਼ਨ ਅੰਡਰ ਦਾ ਕੈਬਨਿਟ ਮਿਸ਼ਨ ਪਲਾਨ 1946 ਉਸ ਤੋਂ ਬਾਅਦ ਅਗਰ ਗੱਲ ਕਰੀਏ ਆਪਾਂ ਕੈਬਨਿਟ ਮਿਸ਼ਨ ਪਲਾਨ ਦੀ ਯਾਨੀ ਜੋ ਕਨਸਟਿਟੂਐਂਟ ਅਸੈਂਬਲੀ ਆਪਣੀ ਇਹ ਬਣਾਈ ਗਈ ਸੀ 1946 ਦੇ ਵਿੱਚ ਜੋ ਕੈਬਨਿਟ ਮਿਸ਼ਨ ਪਲੈਂਸੀਸ ਦੇ ਤਹਿਤ ਬਣਾਈ ਗਈ ਸੀ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖੋ ਆਪਾਂ ਕਨਸਟੀਟਿਊਸ਼ਨ ਹੈ ਆਪਣਾ ਇਸੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਯਾਨੀ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਡਾਕਟਰ ਬੀ ਆਰ ਅੰਬੇਦਕਰ ਨੂੰ ਡਾਕਟਰ ਬੀ ਆਰ ਅੰਬੇਦਕਰ ਨੂੰ ਇਹ ਯਾਦ ਰੱਖਣਾ ਹੈ ਔਰ ਅਗਰ ਆਪਾਂ ਗੱਲ ਕਰੀਏ ਜੋ ਡਰਾਫਟਿੰਗ ਕਮੇਟੀ ਸੀ ਯਾਨੀ ਇੱਕ ਕਮੇਟੀ ਸੀ ਜਿਸ ਦਾ ਨਾਮ ਸੀ ਡਰਾਫਟਿੰਗ ਕਮੇਟੀ ਇਸ ਦੇ ਚੇਅਰਮੈਨ ਸੀ ਡਾਕਟਰ ਬੀ ਆਰ ਅੰਬੇਦਕਰ ਇੱਕ ਕੁਐਸਚਨ ਬਾਰ-ਬਾਰ ਪੁੱਛਿਆ ਜਾਂਦਾ ਹੈ ਜੋ ਕਿ ਆਬਜੈਕਟਿਵ ਰੈਜ਼ੋਲੂਸ਼ਨ ਤੋਂ ਰਿਲੇਟਡ ਹੈ ਯਾਨੀ ਆਪਾਂ ਨੂੰ ਪੁੱਛਿਆ ਜਾਂਦਾ ਹੈ ਆਬਜੈਕਟਿਵ ਰੈਜ਼ੋਲੂਸ਼ਨ ਹੈ ਇਹ ਕਿਸ ਨੇ ਇੰਟਰੋਡਿਊਸ ਕੀਤਾ ਸੀ ਜੋ ਇਸ ਨੂੰ ਬਾਅਦ ਦੇ ਵਿੱਚ ਰੀਨੇਮ ਕੀਤਾ ਗਿਆ ਸੀ ਇਸ ਦਾ ਨਾਮ ਰੱਖਿਆ ਗਿਆ ਸੀ ਪ੍ਰੀਅੰਬਲ ਔਰ ਇਸ ਨੂੰ ਜੋ ਇੰਟਰੋਡਿਊਸ ਕੀਤਾ ਸੀ ਉਹ ਕੀਤਾ ਸੀ Jawaharlal Nehru ਨੇ ਇਹ ਕਾਫੀ ਵਾਰੀ ਪੰਜਾਬ ਸਿਵਲ ਸਰਵਿਸ ਐਗਜ਼ਾਮ ਔਰ ਆਦਰ ਸਟੇਟ ਦੇ ਸਿਵਲ ਸਰਵਿਸ ਐਗਜ਼ਾਮ ਦੇ ਵਿੱਚ ਵੀ ਪੁੱਛਿਆ ਚੁੱਕਿਆ ਹੈ ਪੀਪੀਐਸਸੀ ਦੇ ਇਗਜ਼ਾਮ ਦੇ ਵਿੱਚ ਇਹ ਤਿੰਨ ਵਾਰ ਕੁਐਸਚਨ ਇਹਦਾ ਰਿਪੀਟ ਹੋ ਚੁੱਕਿਆ ਹੈ ਸੋ ਯਾਦ ਰੱਖਣਾ ਹੈ ਜੋ ਆਬਜੈਕਟਿਵ ਰੈਜ਼ੋਲੂਸ਼ਨ ਹੈ ਇਸ ਨੂੰ ਇੰਟਰੋਡਿਊਸ ਕੀਤਾ ਸੀ ਜਵਾਹਰ ਲਾਲ ਨਹਿਰੂ ਨੇ ਬਟ ਜਦੋਂ ਇੰਟਰੋਡਿਊਸ ਕੀਤਾ ਸੀ ਉਸ ਦਾ ਨਾਮ ਸੀ ਆਬਜੈਕਟਿਵ ਰੈਜ਼ੋਲੂਸ਼ਨ ਬਾਅਦ ਦੇ ਵਿੱਚ ਇਸ ਦਾ ਨਾਮ ਜਿਹੜਾ ਰੱਖਿਆ ਗਿਆ ਸੀ ਉਹ ਪ੍ਰੀਅੰਬਲ ਰੱਖਿਆ ਗਿਆ ਸੀ ਔਰ ਇੰਡੀਅਨ ਕਨਸਟੀਟਿਊਸ਼ਨ ਦੇ ਦੁਆਰਾ ਯਾਨੀ ਕਨਸਟੀਟਿਊਟ ਅਸੈਂਬਲੀ ਜੋ ਹੈ ਆਪਣੀ ਇਸ ਦੇ ਦੁਆਰਾ ਪ੍ਰੀਅੰਬਲ ਨੂੰ ਅਡਾਪਟ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ 22 ਜਨਵਰੀ 1949 22 ਜਨਵਰੀ 1947 ਨੂੰ ਇੰਡੀਅਨ ਕਨਸਟੀਟਿਊਸ਼ਨਲ ਅਸੈਂਬਲੀ ਦੇ ਦੁਆਰਾ ਇਸ ਨੂੰ ਅਡਾਪਟ ਕਰ ਲਿਆ ਗਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਹੈ ਆਪਣੇ ਕੋਲ ਸੈਕੰਡ ਨੰਬਰ ਕੁਐਸਚਨ ਸੈਕੰਡ ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਫਸਟ ਐਗ ਇਜ਼ ਆ ਐਂਡ ਯਾਨੀ ਫਾਸਟੈਗ ਜੋ ਹੈ ਇਹ ਕੀ ਕੰਮ ਕਰਦਾ ਹੈ ਜੋ ਫਾਸਟੈਗ ਹੈ ਤੁਹਾਨੂੰ ਪਤਾ ਹੈ ਇਲੈਕਟ੍ਰਿਕ ਟੋਲ ਕਲੈਕਸ਼ਨ ਸਿਸਟਮ ਇੰਡੀਆ ਦੇ ਵਿੱਚ ਜੋ ਕਿ ਰੀਸੈਂਟਲੀ ਇੰਟਰੋਡਿਊਸ ਕੀਤਾ ਗਿਆ ਹੈ ਪੂਰੇ ਇੰਡੀਆ ਦੇ ਵਿੱਚ ਯਾਨੀ ਇਸ ਕੁਸ਼ਚਨ ਦਾ ਜੋ ਆਈਟਮਸ ਹੈ ਆਪਣਾ ਉਹ ਹੈ ਬੀ ਆਪਸ਼ਨ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸਿਸਟਮ ਇਨ ਇੰਡੀਆ ਇਸੋ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਜੋ ਫਾਸਟੈਗ ਹੈ ਆਪਣੇ ਕੋਲ ਫਾਸਟੈਗ ਜੋ ਹੈ ਇਸ ਦੇ ਉੱਪਰ ਇੱਕ ਟੈਕਨੋਲੋਜੀ ਦੇ ਉੱਪਰ ਵਰਕ ਕਰਦਾ ਹੈ ਜੋ ਕਿ ਆਪਣਾ ਫਾਸਟੈਗ ਹੈ ਇਹ ਕਿਹੜੀ ਟੈਕਨੋਲੋਜੀ ਹੈ ਇਹ ਹੈ ਆਰ ਐਫ ਆਈ ਡੀ ਆਰ ਐਫ ਆਈ ਡੀ ਜੋ ਟੈਕਨੋਲੋਜੀ ਹੈ ਇਸ ਦੇ ਉੱਪਰ ਵਰਕ ਕਰਦਾ ਹੈ ਜੋ ਕਿ ਫਾਸਟ ਹੈ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਆਰ ਐਫ ਆਈ ਡੀ ਜੋ ਹੈ ਇਹ ਸਟੈਂਡ ਕਰਦਾ ਹੈ ਰੇਡੀਓ ਫ੍ਰੀਕੁਐਂਸੀ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਕਨੋਲੋਜੀ ਇਸ ਦੇ ਉੱਪਰ ਵਰਕ ਕਰਦਾ ਜੋ ਕਿ ਆਪਣਾ ਫਾਸਟ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 3 ਨੰਬਰ ਕੁਐਸਚਨ ਕੰਸੀਡਰ ਦਾ ਫਾਲੋਇੰਗ ਪੇਅਰਸ ਯਾਨੀ ਆਪਣੇ ਕੋਲ ਤਿੰਨ ਪੇਅਰਸ ਗਿਵਨ ਨੇ ਪੁੱਛਿਆ ਗਿਆ ਕਿਹੜਾ ਜਿਹੜਾ ਪੇਅਰ ਹੈ ਉਹ ਕਰੈਕਟਲੀ ਮੈਚਡ ਆਪਾਂ ਨੂੰ ਦਿੱਤਾ ਗਿਆ ਹੈ ਸਭ ਤੋਂ ਪਹਿਲਾ ਹੈ ਆਪਣੇ ਕੋਲ ਹਰੀਕੇ ਵੈਟਲੈਂਡ ਕਨਫਲੂਐਂਸ ਆਫ ਬਿਆਸ ਐਂਡ ਸਤਲੁਜ ਇਹ ਬਿਲਕੁਲ ਸਹੀ ਹੈ ਯਾਨੀ ਜਿੱਥੇ ਜਿਸ ਪੁਆਇੰਟ ਦੇ ਉੱਪਰ ਬਿਆਸ ਔਰ ਸਤਲੁਜ ਰਿਵਰ ਨੇ ਜੜੀਆਂ ਇਹ ਮਿਲਦੀਆਂ ਨੇ ਉੱਥੇ ਇੱਕ ਵੈਟਲੈਂਡ ਬਣਦਾ ਥੈਟ ਇਜ਼ ਹਰੀਕੇ ਵੈਟਲੈਂਡ ਇਹ ਬਿਲਕੁਲ ਸਹੀ ਹੈ ਆਪਣੇ ਕੋਲ ਸੈਕਿੰਡ ਹੈ ਆਪਣੇ ਕੋਲ ਕਿਓਲਾਡਿਓ ਗਾਣਾ ਨੈਸ਼ਨਲ ਪਾਰਕ ਜੋ ਹੈ ਇਹ ਕਨਫਲੂਐਂਸ ਹੁੰਦਾ ਹੈ ਬਨਸ ਔਰ ਚੰਬਲ ਰਿਵਰ ਦਾ ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਕਿਓ ਲਾਡਿਓ ਜੋ نیشنل ਪਾਰਕ ਹੈ ਇਹ ਕਿੱਥੇ ਲੋਕੇਟਡ ਹੈ ਇਹ ਰਾਜਸਥਾਨ ਦੇ ਵਿੱਚ ਲੋਕੇਟਡ ਹੈ ਰਾਜਸਥਾਨ ਦੇ ਵਿੱਚ ਲੋਕੇਟਡ ਹੈ ਜੋ ਕਿ ਕਿਓ ਲਾਡਿਓ نیشنل ਪਾਰਕ ਹੈ ਔਰ ਇਹ ਜਿਹੜਾ ਸਟੇਟਮੈਂਟ ਆਪਣੀ ਰੋਂਗ ਦਿੰਦੀ ਹੈ ਕਿਉਂਕਿ ਜਿਹੜੀ ਕਿਓ ਲਾਡਿਓ نیشنل ਪਾਰਕ ਹੈ ਆਪਣੇ ਕੋਲ ਇਹ ਦੋ ਰਿਵਰ ਦਾ ਕਨਫਲੂਐਂਸ ਪੁਆਇੰਟ ਹੈ ਦੈਟ ਇਜ਼ ਅ ਗੰਬੀਰ ਇੱਕ ਰਿਵਰ ਹੈ ਜਿਸ ਦਾ ਨਾਮ ਹੈ ਗੰਬੀਰ ਰਿਵਰ ਇੱਕ ਰਿਵਰ ਹੈ ਜਿਸ ਦਾ ਨਾਮ ਹੈ ਬਨ ਗੰਗਾ ਬਨ ਗੰਗਾ ਇਹ ਦੋਨਾਂ ਰਿਵਰਸ ਦਾ ਜਿਹੜਾ ਕਨਫਲੂਐਂਸ ਪੁਆਇੰਟ ਹੈ ਉਸ ਨੂੰ ਬੋਲਦੇ ਆਪਾਂ ਕਿਓਲਾੜੀਓ نیشنل پارک ਇਹ ਜਿਹੜਾ ਆਪਣੀ ਸਟੇਟਮੈਂਟ ਹੈ ਸੈਕੰਡ ਹੈ ਉਹ ਰੋਂਗ ਹੈ ਥਰਡ ਹੈ ਆਪਣੇ ਕੋਲ ਕੋਲੇਰੂ ਲੇਕ ਜੋ ਹੈ ਇਹ ਮੂਸੀ ਔਰ ਕ੍ਰਿਸ਼ਨਾ ਰਿਵਰ ਦਾ ਕੰਫਲੂਐਂਸ ਪੁਆਇੰਟ ਹੈ ਥਰਡ ਸਟੇਟਮੈਂਟ ਵੀ ਆਪਣੀ ਰੋਂਗ ਦਿਤੀ ਹੈ ਕਿਉਂਕਿ ਜਿਹੜੀ ਕੋਲੇਰੂ ਲੇਕ ਹੈ ਇਹ ਕੰਫਲੂਐਂਸ ਪੁਆਇੰਟ ਹੈ ਥੈਟ ਇਜ਼ ਕ੍ਰਿਸ਼ਨਾ ਔਰ ਗੋਦਾਵਰੀ ਕ੍ਰਿਸ਼ਨਾ ਔਰ ਗੋਦਾਵਰੀ ਰਿਵਰ ਦਾ ਕੰਫਲੂਐਂਸ ਪੁਆਇੰਟ ਹੈ ਜਿਹੜਾ ਉਸਨੂੰ ਬੋਲਦੇ ਆਪਾਂ ਕੋਲੇਰੂ ਲੇਕ ਇਹ ਵੀ ਆਪਣੀ ਥਰਡ ਸਟੇਟਮੈਂਟ ਗਲਤ ਹੈ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਕੋਲੈਰੂ ਲੈਕ ਜੋ ਹੈ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਲੋਕੇਟਡ ਹੈ ਯਾਨੀ ਆਪਣੀ ਪਹਿਲੀ ਸਟੇਟਮੈਂਟ ਓਨਲੀ ਸਹੀ ਹੈ ਜੋ ਕਿ ਪੰਜਾਬ ਦੇ ਵਿੱਚ ਲੋਕੇਟਡ ਹੈ ਬਿਆਸ ਔਰ ਸਤਲੁਜ ਦਾ ਕੰਫਰੈਂਸ ਪੁਆਇੰਟ ਹੈ ਹਰੀਕੇ ਵੈਟਲੈਂਡ ਯਾਨੀ ਆਪਣਾ ਜੋ ਆਈਟਮਸ ਹੈ ਕੁਐਸਚਨ ਦਾ ਉਹ ਹੈ ਓਨਲੀ ਫਰਸਟ ਇਸ ਕਰੈਕਟ ਫਰਸਟ ਓਨਲੀ ਫਰਸਟ ਨੈਕਸਟ ਕੁਐਸਚਨ ਹੈ ਆਪਣੇ ਕੋਲ 4th ਨੰਬਰ ਕੁਐਸਚਨ ਓਨ ਦਾ ਇਵੈਂਟ ਆਫ ਅ ਵੈਕੈਂਸੀ ਇਨ ਦਾ ਆਫਿਸ ਆਫ ਬੋਥ ਅ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਪਰਸਨ ਹੂ ਪਰਫਾਰਮਸ ਅ ਡਿਊਟੀ ਆਫ ਅ ਪ੍ਰੈਜ਼ੀਡੈਂਟ ਇਜ਼ ਯਾਨੀ ਅਗਰ ਗੱਲ ਕਰੀ ਆ ਪੰਪ ਪ੍ਰੈਜ਼ੀਡੈਂਟ ਰਾਸ਼ਟਰਪਤੀ ਔਰ ਉਪਰਾਸ਼ਟਰਪਤੀ ਦੀ ਜਿਹੜੀ ਪੋਜੀਸ਼ਨ ਹੈ ਉਹ ਖਾਲੀ ਹੋਵੇ ਇਹਨਾਂ ਦੀ ਵੈਕੈਂਸੀ ਆਈ ਹੋਵੇ ਆਫਿਸ ਦੇ ਵਿੱਚ ਉਸ ਸਮੇਂ ਜੋ ਜੋ ਕਰਤੱਵ ਹੁੰਦੇ ਨੇ ਯਾਨੀ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਜਿਹੜੇ ਕੰਮ ਹੁੰਦੇ ਨੇ ਉਹ ਕਿਸ ਦੇ ਦੁਆਰਾ ਪਰਫਾਰਮ ਕੀਤੇ ਜਾਣਗੇ ਇਹਨਾਂ ਨੂੰ ਪਰਫਾਰਮ ਕਰੇਗਾ ਚੀਫ ਜਸਟਿਸ ਆਫ ਇੰਡੀਆ ਇਸ ਲਈ ਆਪਣਾ ਜੋ ਆਈਟਮਸਾਈਜ਼ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਦੈਟ ਇਜ਼ ਚੀਫ ਜਸਟਿਸ ਆਫ ਇੰਡੀਆ ਇਹ ਹੀ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਜੋ ਪ੍ਰੈਜ਼ੀਡੈਂਟ ਦੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਦੇ ਉਹ ਨੇ ਐਸਏ ਬੋਬੜੇ एस ए बोबड़े यानी शरद अरविंद बोबड़े इसके इलावा जो राष्ट्रपति ने इंडिया के वह ने रामनाथ कोविंद रामनाथ कोविंद ने जोड़े योटीन प्रैजिडेंट ने यह याद रखना है और जो वाइस प्रैजीडेंट इंडिया के ये वेंकैया नायडू वेंकैया नायडू ने जिड़े ये थर्टीन वाइस प्रैजीडेंट इंडिया ये भी याद, याद रखना है थर्टीन वाइस प्रैजीडेंट जो वाइस प्रैजीडेंट हों एक्स ऑफिशियो ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਇਹ ਵੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਐਕਸ ਆਫ ਫਿਊਚਰ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਜੋ ਕਿ ਆਪਣੇ ਕੋਲ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਉਪਰ ਰਾਸ਼ਟਰਪਤੀ ਹੁੰਦੇ ਨੇ ਜੋ ਸਪੀਕਰ ਹੁੰਦੇ ਨੇ ਲੋਕ ਸਭਾ ਦੇ ਵਿੱਚ ਇਹ ਚੇਅਰਮੈਨ ਹੁੰਦੇ ਨੇ ਕਿਸ ਦੇ ਲੋਕ ਸਭਾ ਦੇ ਇਹ ਵੀ ਤੁਸੀ ਯਾਦ ਰੱਖਣਾ ਹੈ ਕਿ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਕਿ ਪ੍ਰੈਜ਼ੀਡੈਂਟ ਦੇ ਜਿਹੜੇ ਇੰਡੀਆ ਦੇ ਸਪੀਕਰ ਨੇ ਉਹਨਾਂ ਦਾ ਨਾਮ ਕੀ ਹੈ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 5ਥ ਨੰਬਰ ਕੁਐਸਚਨ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਅਬਾਊ ਵਾਈਸ ਪ੍ਰੈਜ਼ੀਡੈਂਟ ਯਾਨੀ ਉਪ ਰਾਸ਼ਟਰਪਤੀ ਦੇ ਰਿਲੇਟਡ ਆਪਾਂ ਨੂੰ 4 ਸਟੇਟਮੈਂਟਸ ਦਿੱਤੀਆਂ ਗਈਆਂ ਨੇ ਪੁੱਛੀ ਗਈ ਹੈ ਕਿਹੜੀ ਸਟੇਟਮੈਂਟ ਇਸ ਦੇ ਵਿੱਚ ਆਪਾਂ ਨੂੰ ਗਲਤ ਦਿੱਤੀ ਗਈ ਹੈ ਸਭ ਤੋਂ ਪਹਿਲੀ ਆਪਣੇ ਕੋਲ ਜੋ ਸਟੇਟਮੈਂਟ ਇਸ ਦੇ ਵਿੱਚ ਦਿੱਤੀ ਗਈ ਹੈ ਉਹ ਹੈ ਫਰਸਟ ਸਟੇਟਮੈਂਟ ਇਨ ਆਰਡਰ ਟੂ ਬੀ ਵਾਈਸ ਪ੍ਰੈਜ਼ੀਡੈਂਟ ਅ ਪਰਸਨ ਮਸਟ ਬੀ ਕੁਆਲੀਫਾਈਡ ਫਾਰ ਦਾ ਇਲੈਕਸ਼ਨ ਐਜ਼ ਅ ਮੈਂਬਰ ਆਫ ਦਾ ਲੋਕ ਸਭਾ ਯਾਨੀ ਆਪਾਂ ਨੂੰ ਕਿਹਾ ਗਿਆ ਹੈ ਅਗਰ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਦੁਆਰਾ ਕੁਆਲੀਫਾਈ ਹੋਣਾ ਚਾਹੀਦਾ ਹੈ ਲੋਕ ਸਭਾ ਦੇ ਵਿੱਚ ਬਟ ਇਹ ਗਲਤ ਹੈ ਆਪਣੇ ਕੋਲ ਕਿਉਂਕਿ ਜੋ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਮੈਂ ਤੁਹਾਨੂੰ ਪ੍ਰੀਵੀਅਸ ਸਲਾਈਡ ਦੇ ਵਿੱਚ ਵੀ ਦੱਸਿਆ ਸੀ ਕਿ ਜੋ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਇਹ ਐਕਸ-ਆਫੀਸ਼ੀਓ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ ਇਸ ਕਾਰਨ ਜਿਹੜੇ ਇਹਨਾਂ ਦਾ ਇਲੈਕਸ਼ਨ ਪ੍ਰੋਸੈ ਕੀ ਲੋਕ ਸਭਾ ਦੇ ਵਿੱਚ ਯਾਨੀ ਪਹਿਲੀ ਸਟੇਟਮੈਂਟ ਆਪਣੇ ਕੋਲ ਆ ਇਹ ਥੇ ਕਿ ਇਅਰ ਰੋਂਗ ਹੈ ਸੈਕਿੰਡ ਸਟੇਟਮੈਂਟ ਹੈ ਆਪਣੇ ਕੋਲ ਆ ਮੈਂਬਰ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ ਕੈਨ ਨਾਟ ਕੈਨ ਸੀਕ ਇਲੈਕਸ਼ਨ ਟੂ दैट ਆਫੀਸਰ ਯਾਨੀ ਜੋ ਮੈਂਬਰ ਹੁੰਦੇ ਨੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਹ ਪਾਰਟਿਸਪੇਟ ਕਰ ਸਕਦੇ ਨੇ ਇਲੈਕਸ਼ਨ ਆਫ ਦਾ ਆਫੀਸ ਦੇ ਵਿੱਚ ਜੋ ਕਿ ਵਾਈਸ ਪ੍ਰੈਜ਼ੀਡੈਂਟ ਦੀ ਹੁੰਦੀ ਹੈ ਇਹ ਬਿਲਕੁਲ ਸਹੀ ਹੈ ਸੈਕਿੰਡ ਸਟੇਟਮੈਂਟ ਥਰਡ ਹੈ ਆਪਣੇ ਕੋਲ ਦਾ ਟਰਮ ਆਫ ਦਾ ਆਫੀਸ ਆਫ ਦਾ ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਸੇਮ ਐਸ ਦਾ ਦੈਟ ਆਫ ਦਾ ਪ੍ਰੈਜ਼ੀਡੈਂਟ ਆ ਯਾਨੀ ਜੋ ਵੀ ਟਰਮ ਵਾਈਸ ਪ੍ਰੈਜ਼ੀਡੈਂਟ ਦੇ ਟਰਮ ਦੀ ਹੁੰਦੀ ਹੈ ਉਹੀ ਟਰਮ ਹੁੰਦੀ ਹੈ ਬਿਲਕੁਲ ਸੇਮ ਐਜ਼ ਇਟ ਇਜ਼ ਪ੍ਰੈਜ਼ੀਡੈਂਟ ਦੀ ਇਹ ਵੀ ਬਿਲਕੁਲ ਆਪਣੇ ਕੋਲ ਸਹੀ ਦਿੱਤੀ ਗਈ ਹੈ ਨੈਕਸਟ ਹੈ ਆਪਣੇ ਕੋਲ ਫੋਰਥ ਇਸ ਦੇ ਵਿੱਚ ਕਿਹਾ ਗਿਆ ਹੈ ਹੀ ਕੈਨ ਬੀ ਰਿਮੂਵਡ ਥਰੋ ਆ ਫਾਰਮਲ ਇੰਪੀਚਮੈਂਟ ਆ ਕਿਹਾ ਗਿਆ ਹੈ ਕਿ ਫਾਰਮਲ ਇੰਪੀਚ ਦੇ ਇੰਪੀਚਮੈਂਟ ਦੇ ਮਾਧਿਅਮ ਨਾਲ ਇਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਹੈ ਇਹ ਵੀ ਆਪਣੇ ਕੋਲ ਗਲਤ ਹੈ ਕਿਉਂਕਿ ਜਿਹੜਾ ਰਾਜ ਸਭਾ ਦੇ ਵਿੱਚ ਇੱਕ ਸਪੈਸ਼ਲ ਮੈਜੋਰਟੀ ਨਾਲ ਬਿੱਲ ਪਾਸ ਹੋਏਗਾ ਉਸ ਤੋਂ ਬਾਅਦ ਉਹ ਬਿੱਲ ਜਾਏਗਾ ਲੋਕ ਸਭਾ ਦੇ ਵਿੱਚ ਜਦੋਂ ਲੋਕ ਸਭਾ ਦੇ ਵਿੱਚ ਪਾਸ ਹੋ ਜਾਂਦਾ ਹੈ ਸਪੈਸ਼ਲ ਮੈਜੋਰਟੀ ਦੇ ਨਾਲ ਉਸ ਕੇਸ ਦੇ ਵਿੱਚ ਇਹਨਾਂ ਨੂੰ ਹਟਾਇਆ ਜਾ ਸਕਦਾ ਹੈ ਫਾਰਮਲ ਇੰਪੀਚਮੈਂਟ ਦੇ ਮਾਧਿਅਮ ਨਾਲ ਇਹਨਾਂ ਨੂੰ ਨਹੀਂ ਹਟਾਇਆ ਜਾ ਸਕਦਾ ਯਾਨੀ ਆਪਣੇ ਕੋਲ ਜੋ ਸਟੇਟਮੈਂਟਸ ਇਨਕੋਰੈਕਟ ਨੇ ਇੱਕ ਦਾ ਹੈ ਫਸਟ ਇੱਕ ਹੈ ਫੋਰਥ ਯਾਨੀ ਇਸ ਕੁਐਸਚਨ ਦਾ ਰਾਈਟ ਆਨਸਰ ਬਣੂ ਆਪਣਾ ਸੀ ਆਪਸ਼ਨ ਫਸਟ ਐਂਡ ਫੋਰਥ ਸਟੇਟਮੈਂਟਸ ਆਰ ਇਨਕੋਰੈਕਟ ਨੈਕਸਟ ਕੁਐਸਚਨ ਹੈ ਆਪਣੇ ਕੋਲ 6th ਨੰਬਰ ਕੁਐਸਚਨ 6 ਨੰਬਰ ਕੁਐਸਚਨ ਕੁਇਟ ਇੰਡੀਆ ਮੂਵਮੈਂਟ ਵਾਸ ਲਾਂਚਡ ਇਨ ਰਿਸਪੌਂਸ ਟੂ ਯਾਨੀ ਕੁਇਟ ਇੰਡੀਆ ਮੂਵਮੈਂਟ ਜੋ ਸੀ ਇਸ ਨੂੰ ਲਾਂਚ ਕੀਤਾ ਗਿਆ ਸੀ ਇੰਡੀਆ ਦੇ ਵਿੱਚ ਕਿਸ ਪਲਾਨ ਦੇ ਬਾਅਦ ਇਸ ਨੂੰ ਲਾਂਚ ਕੀਤਾ ਗਿਆ ਸੀ ਇਸ ਨੂੰ ਲਾਂਚ ਕੀਤਾ ਗਿਆ ਸੀ ਕ੍ਰਿਪਸ ਪ੍ਰਪੋਜ਼ਲ ਦੇ ਬਾਅਦ ਇਸ ਲਈ ਆਪਣਾ ਜੋ ਆਟੈਂਸ ਹੈਸ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਕ੍ਰਿਪਸ ਪ੍ਰਪੋਜ਼ਲ ਕ੍ਰਿਪਸ ਪ੍ਰਪੋਜ਼ਲ ਜੋ ਹੈ ਇਹ 1942 ਦੇ ਵਿੱਚ ਬ੍ਰਿਟਿਸ਼ੀਅਸ ਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ ਇਸ ਦੇ ਵਿੱਚ ਕੀ ਸੀ ਕ੍ਰਿਪਸ ਪ੍ਰਪੋਜ਼ਲ ਦੇ ਵਿੱਚ ਇਹ 1942 ਦੇ ਵਿੱਚ ਆਇਆ ਸੀ ਸਭ ਤੋਂ ਪਹਿਲਾਂ ਇਹ ਯਾਦ ਰੱਖਣਾ ਹੈ ਤੁਹਾਨੂੰ ਉਸ ਤੋਂ ਬਾਅਦ ਅਗਰ ਗੱਲ ਕਰੀਏ ਆਪਾਂ ਇਸ ਦੇ ਵਿੱਚ ਕ੍ਰਿਪਸ ਪ੍ਰਪੋਜ਼ਲ ਦੇ ਵਿੱਚ ਇਹ ਕਿਹਾ ਗਿਆ ਸੀ ਇੰਡੀਆ ਦੀ ਇੱਕ ਅਸੈਂਬਲੀ ਬਣੇਗੀ ਯਾਨੀ ਇਹਨਾਂ ਨੇ ਕਿਹਾ ਸੀ ਬ੍ਰਿਟਿਸ਼ੀਅਸ ਨੇ ਕਿ ਇੰਡੀਆ ਦੀ ਇੱਕ ਅਸੈਂਬਲੀ ਬਣਾਈ ਜਾਏਗੀ ਜਿਸ ਦੇ ਵਿੱਚ ਜਿਹੜੇ ਮੈਂਬਰਸ ਹੋਣਗੇ ਉਹ ਕੌਣ ਹੋਣਗੇ ਮੈਂਬਰਸ ਕੌਣ ਹੋਣਗੇ ਇਹ ਇੰਡੀਅਨ ਪੀਪਲਸ ਹੋਣਗੇ ਯਾਨੀ ਇਸ ਦੇ ਵਿੱਚ ਜਿਹੜੇ ਅਸੈਂਬਲੀ ਦੇ ਵਿੱਚ ਮੈਂਬਰ ਹੋਣਗੇ ਉਹ ਕੌਣ ਹੋਣਗੇ ਇੰਡੀਅਨ ਲੋਕ ਹੋਣਗੇ ਇੰਡੀਅਨ ਪੀਪਲ ਹੋਣਗੇ ਇਹ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਇੱਕ ਇਹਨਾਂ ਨੇ ਗੱਲ ਕੀਤੀ ਸੀ ਇਸ ਦੇ ਵਿੱਚ ਕ੍ਰਿਪਸ ਪ੍ਰੋਪੋਜ਼ਲ ਦੇ ਵਿੱਚ ਦੈਟ ਇਜ਼ ਅ ਡੋਮਿਨियन ਸਟੇਟਸ ਸੀ ਡੋਮਿਨियन ਸਟੇਟਸ ਜੋ ਹੈ ਇਸ ਦੀ ਗੱਲ ਕੀਤੀ ਸੀ ਇਹਨਾਂ ਦੇ ਦੁਆਰਾ ਡੋਮਿਨियन ਸਟੇਟਸ ਦਾ ਮਤਲਬ ਕੀ ਸੀ ਇਹਨਾਂ ਦੇ ਦੁਆਰਾ ਇਹ ਕਿਹਾ ਗਿਆ ਸੀ ਅਗਰ ਇੰਡੀਆ ਨੂੰ ਆਜ਼ਾਦੀ ਦਿੱਤੀ ਜਾਂਦੀ ਹੈ ਯਾਨੀ ਇੰਡੀਆ ਇੰਡੀਪੈਂਡੈਂਸ ਹੋ ਜਾਂਦਾ ਹੈ ਉਸ ਕੇਸ ਦੇ ਵਿੱਚ ਕੀ ਹੋਏਗਾ ਯਾਨੀ ਇੰਡੀਆ ਜਦੋਂ ਆਜ਼ਾਦ ਹੋ ਜਾਂਦਾ ਹੈ ਬ੍ਰਿਟਿਸ਼ਰਜ਼ ਦੇ ਦੁਆਰਾ ਇਸ ਨੂੰ ਆਯਾਤ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕੀ ਹੋਏਗਾ ਆਜ਼ਾਦੀ ਤੋਂ ਬਾਅਦ ਜਿਹੜਾ ਬ੍ਰਿਟਿਸ਼ ਕਰਾਉਨ ਹੈ ਯਾਨੀ ਬ੍ਰਿਟਿਸ਼ ਜੋ ਰਾਣੀ ਸੀ ਇੱਥੇ ਦੀ ਕੁਇਨ ਸੀ ਉਸ ਦੇ ਦੁਆਰਾ ਅਨਾਉਂਸ ਕੀਤਾ ਗਿਆ ਸੀ ਕਿ ਬ੍ਰਿਟਿਸ਼ ਕਰਾਉਨ ਹੈ ਜਿਹੜਾ ਉਹ ਇੰਡੀਅਨ ਪੀਪਲਸ ਦੇ ਉੱਪਰ ਰਾਜ ਕਰੇਗਾ ਯਾਨੀ ਇੰਡੀਆ ਦੇ ਉੱਪਰ ਕਰਾਉਨ ਹੈ ਜਿਹੜਾ ਹੈੱਡ ਹੋਏਗਾ ਜੋ ਕਿ ਬ੍ਰਿਟਿਸ਼ ਕ੍ਰਾਉਨ ਸੀ ਜੋ ਕਿ ਇੰਡੀਆ ਨੂੰ ਬਿਲਕੁਲ ਪਸੰਦ ਨਹੀਂ ਸੀ ਔਰ ਇੰਡੀਆ ਨੇ ਇਸ ਦਾ ਵਿਰੋਧ ਕੀਤਾ ਸੀ ਇਸ ਕਾਰਨ ਇੰਡੀਆ ਦੇ ਦੁਆਰਾ ਇੱਕ ਮੂਵਮੈਂਟ ਸਟਾਰਟ ਕੀਤੀ ਗਈ ਸੀ ਦੈਟ ਇਜ਼ ਅ ਕੁਇਟ ਇੰਡੀਆ ਮੂਵਮੈਂਟ ਇਹੇ ਤੁਸੀਂ ਯਾਦ ਰੱਖਣਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਕ੍ਰਿਪਸ ਪ੍ਰਪੋਜ਼ਲ ਦੇ ਵਿੱਚ ਇਹ ਦੋ ਮੇਨ ਕਮ ਸੀ ਅਸੈਂਬਲੀ ਬਣੇਗੀ ਇੰਡੀਅਨ ਪੀਪਲਜ਼ ਮੈਂਬਰ ਹੋਣਗੇ ਔਰ ਡੋਮਿਨਿਅਨ ਸਟੇਟਸ ਜਿਹੜਾ ਇਹ ਦਿੱਤਾ ਗਿਆ ਸੀ ਇੰਡੀਅਨਸ ਨੂੰ ਯਾਨੀ ਇਸ ਦੇ ਵਿੱਚ ਕਹਾ ਗਿਆ ਸੀ ਕਿ ਬ੍ਰਿਟਿਸ਼ਰਜ਼ ਨੇੜੇ ਇਹ ਹੈੱਡ ਹੋਣਗੇ ਯਾਨੀ ਜਿਹੜੇ ਮੇਨ ਲੀਡਰ ਹੋਣਗੇ ਉਹ ਬ੍ਰਿਟਿਸ਼ਰਜ਼ ਹੋਣਗੇ ਜਿਹੜੇ ਇੰਡੀਆ ਦੇ ਲੋਕ ਹੋਣਗੇ ਇੰਡੀਅਨ ਮੈਂਬਰਸ ਹੋਣਗੇ ਉਹ ਬ੍ਰਿਟਿਸ਼ਰਜ਼ ਦੇ ਅੰਡਰ ਰਹਿ ਕੇ ਕੰਮ ਕਰਨਗੇ ਇਹ ਕਿਹਾ ਗਿਆ ਸੀ ਗ੍ਰਿਪਸ ਪ੍ਰਪੋਜ਼ਲ ਦੇ ਵਿੱਚ ਜੋ ਕਿ ਇੰਡੀਅਨਸ ਦੇ ਦੁਆਰਾ ਜਿਹੜਾ ਇਹ ਪ੍ਰਪੋਜ਼ਲ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਇਸ ਕਾਰਨ ਇਹ ਮੂਵਮੈਂਟ ਸਟਾਰਟ ਕੀਤੀ ਗਈ ਸੀ ਥੈਟ ਇਜ਼ ਕੁਇਟ ਇੰਡੀਆ ਮੂਵਮੈਂਟ ਇਸੇ ਡੈਟਸ ਹਜ਼ ਕੁਐਸਚਨ ਦਾ ਬੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਸੈਵਨਥ ਨੰਬਰ ਕੁਐਸਚਨ ਰੋਲਟ ਐਕਟ ਜੋ ਹੈ ਇਸ ਦਾ ਜਿਹੜਾ ਮੇਨ ਐਮਸੀ ਉਹ ਕੀ ਸੀ ਸਭ ਨੂੰ ਪਤਾ ਹੋਏਗਾ ਇਸ ਦਾ ਜਿਹੜਾ ਮੇਨ ਏਮ ਸੀ OC ਇੰਪ੍ਰੀਜ਼ਨਮੈਂਟ ਵਿਦਾਊਟ ਅ ਟ੍ਰਾਇਲ ਐਂਡ ਸਮਰੀ ਪ੍ਰੋਸੀਜਰਸ ਫਾਰ ਟ੍ਰਾਇਲ ਯਾਨੀ ਕਿਸੇ ਵੀ ਪਰਸਨ ਨੂੰ ਵਿਦਾਊਟ ਅ ਟ੍ਰਾਇਲ ਯਾਨੀ ਬਿਨਾ ਦੱਸੇ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਸੀ ਇਹ ਰੋਲਟੈਕਟਾ ਜਿਹੜਾ ਇਸ ਦਾ ਮੇਨ ਏਮ ਸੀ ਇਸ ਲਈ ਆਪਣਾ ਜੋ ਆਟਨਸ ਹੈਸ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇਸ ਜਿਹੜੇਡ ਇੱਕ ਕੇਸ ਹੋਇਆ ਸੀ ਯਾਨੀ ਜਲਿਆਂਵਾਲਾ ਬਾਗ ਮੈਸੇਕਰ ਹੋਇਆ ਸੀ ਜਿਸ ਦੇ ਵਿੱਚ ਸੈਫੁਦੀਨ ਕਿਚਲੂ ਸੈਫੁਦੀਨ ਕਿਚਲੂ ਔਰ ਡਾਕਟਰ ਸਤਿਆਪਾਲ ਇਹਨਾਂ ਦੋਨੋਂ ਪਰਸਨਸ ਨੂੰ ਅਰੈਸਟ ਕਰ ਲਿਆ ਗਿਆ ਸੀ ਬ੍ਰਿਟਿਸ਼ੀਅਸ ਦੇ ਦੁਆਰਾ ਜਿਸ ਕਾਰਨ ਜਿਹੜਾ ਜਲਿਆਵਾਲਾ ਬਾਗ ਮੈਸੇਜ ਕਰ ਇਹ 1919 ਦੇ ਵਿੱਚ ਜਿਹੜੀ ਇਹ ਘਟਨਾ ਹੋਈ ਸੀ ਜਲਿਆਵਾਲਾ ਬਾਗ ਮੈਸੇਕਰ ਇਹਨਾਂ ਦੋਨੋਂ ਪਰਸਨਸ ਦੇ ਕਾਰਨ ਹੈ ਜਿਹੜੀ ਇਹ ਘਟਨਾ ਹੋਈ ਸੀ ਕਿਉਂਕਿ ਬ੍ਰਿਟਿਸ਼ੀਅਸ ਦੇ ਦੁਆਰਾ ਰੋਲਟ ਐਕਟ ਦੇ ਤਹਿਤ ਇਹਨਾਂ ਦੋਨਾਂ ਪਰਸਨਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸੀ ਸੈਫੁਦੀਨ ਕਿਚਲੂ ਔਰ ਡਾਕਟਰ ਸਤਿਆਪਾਲ ਨੂੰ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 8th ਨੰਬਰ ਕੁਐਸਚਨ ਵਿਚ ਵਨ ਆਫ ਦਾ ਫੋਲੋਇੰਗ ਪੇਅਰਸ ਇਜ਼ ਆਰ ਕਰੈਕਟਲੀ ਮੈਚਡ ਯਾਨੀ ਆਪਾਂ ਨੂੰ ਤਿੰਨ ਪੇਅਰਸ ਦਿੱਤੇ ਨੇ ਪੁੱਛਿਆ ਗਿਆ ਕਿਹੜਾ ਪੇਅਰ ਹੈ ਜਿਹੜਾ ਆ ਕਰੈਕਟਲੀ ਮੈਚਡ ਦਿੱਤਾ ਗਿਆ ਸਭ ਤੋਂ ਪਹਿਲਾਂ ਹੈ ਆਪਣੇ ਕੋਲ ਤੰਦੁਲਕਰ ਕਮੇਟੀ ਤੰਦੁਲਕਰ ਕਮੇਟੀ ਜੋ ਹੈ ਇਹ ਜੋ ਆਪਣੇ ਕੋਲ ਗਰੀਬੀ ਹੈ ਯਾਨੀ ਪੋਵਰਟੀ ਹੈ ਇਸ ਨੂੰ ਐਸਟੀਮੇਟ ਕਰਨ ਦੇ ਲਈ ਇੱਕ ਕਮੇਟੀ ਸੈਟ ਅਪ ਕੀਤੀ ਗਈ ਸੀ ਥੈਟ ਇਜ਼ ਤੰਦੁਲਕਰ ਕਮੇਟੀ ਇਹ ਬਿਲਕੁਲ ਸਹੀ ਸਟੇਟਮੈਂਟ ਦਿੱਤੀ ਗਈ ਹੈ ਸੈਕੰਡ ਸਟੇਟਮੈਂਟ ਹੈ ਆਪਣੇ ਕੋਲ ਸਖਸੇਨਾ ਕਮੇਟੀ ਦੇ ਬਾਰੇ ਇਹ ਜਿਹੜੀ ਸਖਸੇਨਾ ਕਮੇਟੀ ਸੀ ਇਹ ਬਣਾਈ ਗਈ ਸੀ ਫਾਰ ਦਾ ਬੀਪੀਐਲ ਸੈਂਸਸ ਇਨ ਰੂਰਲ ਏਰੀਆਜ਼ ਯਾਨੀ ਜੋ ਵੀ ਰੂਰਲ ਏਰੀਆਜ਼ ਸੀ ਇਹਨਾਂ ਦੇ ਵਿੱਚ ਜੋ ਬੀਪੀਐਲ ਸੈਂਸਸ ਹੈ ਇਸ ਨੂੰ ਕਰਵਾਉਣ ਦੇ ਲਈ ਸਖਸੇਨਾ ਕਮੇਟੀ ਸੈਟ ਅਪ ਕੀਤੀ ਗਈ ਸੀ ਜੋ ਕਿ ਬਿਲਕੁਲ ਸਹੀ ਹੈ ਥਰਡ ਹੈ ਆਪਣੇ ਕੋਲ Hashim committee jo Hashim committee see setup kiti gayi si for identification of BPL families in urban areas yani urban areas de vich jo bhi BPL families ne inna nu find karan de liye inna di identification find karan de liye kon BPL family de under anda hai eh find karan de liye ik committee setup kiti gayi si that is Hashim committee tinon diyan tinon statement apne kol bilkul sahi ne yani is question da right answer banu apna D option all of these are correct next question hai apne kol 9th number question ਚੂਜ਼ கரੈਕਟ ਸਟੇਟਮੈਂਟਸ ਰਿਗਾਰਡਿੰਗ ਨਬਾਰਾ ਨਬਾਰ ਬੈਂਕ ਜੋ ਹੈ ਇਸ ਦੇ ਰਿਲੇਟਡ ਆਪਾਂ ਨੂੰ ਤਿੰਨ ਸਟੇਟਮੈਂਟਸ ਦਿੱਤੀਆਂ ਨੇ ਬੇਸਿਕਲੀ ਪੁੱਛਿਆ ਗਿਆ ਕਿਹੜੀ ਸਟੇਟਮੈਂਟ ਇਸ ਦੇ ਵਿੱਚ கரੈਕਟ ਦਿੱਤੇਗੀ ਨੇ ਸਭ ਤੋਂ ਪਹਿਲਾਂ ਆਪਣੇ ਕੋਲ ਨਬਾਰ ਬੈਂਕ ਨਬਾਰ ਬੈਂਕ ਆਪਣੇ ਕੋਲ ਇੱਕ ਐਗਰੀਕਲਚਰ ਬੈਂਕ ਹੈ ਇਹ ਤੁਸੀ ਯਾਦ ਰੱਖਣਾ ਹੈ ਇੰਡੀਆ ਦਾ ਐਗਰੀਕਲਚਰ ਜੋ ਬੈਂਕ ਹੈ ਐਗਰੀਕਲਚਰ ਖੇਤੀਬਾੜੀ ਦੇ ਰਿਲੇਟਡ ਉਹ ਹੈ ਨਬਾਰ ਬੈਂਕ ਇਹ ਤੁਸੀ ਯਾਦ ਰੱਖਣਾ ਹੈ ਨਬਾਰ ਜੋ ਹੈ ਇਹ ਅਪੈਕਸ ਡਿਵੈਲਪਮੈਂਟ ਬੈਂਕ ਹੈ ਇੰਡੀਆ ਦਾ ਜਿਸ ਦਾ ਹੈੱਡਕੁਆਟਰ ਹੈ ਮੁੰਬਈ ਦੇ ਵਿੱਚ ਇਹ ਬਿਲਕੁਲ ਸਹੀ ਹੈ ਜਿਹੜਾ ਨਬਾਰ ਬ ਅ ਡਿਵੈਲਪਮੈਂਟ ਬੈਂਕ ਆ ਇੰਡੀਆ ਦਾ ਜੋ ਕਿ ਜਿਸ ਦਾ ਹੈਡਕ quartਰ ਮੁੰਬਈ ਦੇ ਵਿੱਚ ਬਿਲਕੁਲ ਸਹੀ ਸਟੇਟਮੈਂਟ ਆਪਣੇ ਕੋਲ ਨਵੜਾ ਜਿਹੜਾ ਇਹ 12 ਜੁਲਾਈ 1982 ਨੂੰ ਸੈਟਅਪ ਕੀਤਾ ਗਿਆ ਸੀ ਸੋਸ਼ਲ ਐਕਟ ਆਫ ਪਾਰਲੀਮੈਂਟ ਦੇ ਅਧੀਨ ਕੀਤਾ ਗਿਆ ਸੀ ਅੰਡਰ ਦਾ ਸਪੈਸ਼ਲ ਐਕਟ ਆਫ ਪਾਰਲੀਮੈਂਟ ਇਹ ਵੀ ਬਿਲਕੁਲ ਆਪਣੇ ਕੋਲ ਸਹੀ ਸਟੇਟਮੈਂਟ ਆਪਾਂ ਨੂੰ ਦਿੱਤੀ ਗਈ ਹੈ थर्ड स्टेटमेंट अपना दीती गई है रिजर्व बैंक ऑफ इंडिया जो है इस दे द्वारा नाइनटी नाइन परसेंट स्टेक जो सेल किया गया सी, किता गया गवर्नमेंट ऑफ इंडिया में सेल किया गया से नवार जो है यह एसटैबलिश किया गया ऑन द रिकमेंडेशन ऑफ शिव रमन कमेडी ये भी बिल्कुल अपने कोल सही स्टेटमेंट दीती गई है यानी अपना जो आइटम्स आइटमस मनुस्न का वो बनेगा ऑप्शन ऑल ऑफ द अबब यानी तीनों स्टेटमेंट बिल्कुल अपने कोल एग्जैक्ट और करैक्ट दिखा गई ने ਇਸੋ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਪ੍ਰੈਜ਼ੀਡੈਂਟ ਦੇ ਜਿਹੜੇ ਨਵਾਰ ਬੈਂਕ ਜੋ ਹੈ ਇਸ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਹੈ ਗੋਵਿੰਦਾ ਰਾਜੂਲੂ ਚਿੰਤਾਲਾ ਗੋਵਿੰਦਾ ਰਾਜੂਲੂ ਚਿੰਤਾਲਾ ਇਹ ਪ੍ਰੈਜ਼ੀਡੈਂਟ ਦੇ ਐਜ਼ ਅ ਚੇਅਰਮੈਨ ਨੇ ਕਿਸ ਦੇ ਨਵਾਰ ਬੈਂਕ ਦੇ ਇਹ ਵੀ ਪੁੱਛਿਆ ਆ ਸਕਦਾ ਹੈ ਸੋ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 10th ਨੰਬਰ ਕੁਐਸਚਨ ਦਾ ਸਵਦੇਸ਼ ਐਂਡ ਬਾਇਕਾਟ ਵਰ ਅਡਾਪਟਡ ਐਜ਼ ਅ ਮੈਥਡਸ ਆਫ ਅ ਸਟਰਗਲ ਫਾਰ ਦਾ ਫਸਟ ਟਾਈਮ ਡਿਊਰਿੰਗ ਦਾ ਯਾਨੀ ਸਵਦੇਸ਼ ਔਰ ਬਾਇਕਾਟ ਜਿਹੜੇ ਦੋ ਅ ਮੈਥਡ ਸੀ ਸਟਰਗਲ ਦੇ ਫ੍ਰੀਡਮ ਸਟਰਗਲ ਦੇ ਇਹ ਕਿਸ ਅ ਮੂਵਮੈਂਟ ਦੇ ਦੌਰਾਨ ਇਹੜੇ ਇਹ ਅਡਾਪਟ ਕੀਤੇ ਗਏ ਸੀ ਇਹ ਅਡਾਪਟ ਕੀਤੇ ਗਏ ਸੀ ਏ ਆਪਸ਼ਨ ਐਗਿਟੇਸ਼ਨ ਅਗੇਂਸਟ ਦਾ ਪਾਰਟੀਸ਼ਨ ਆਫ ਬੰਗਾਲ ਯਾਨੀ ਪਾਰਟੀਸ਼ਨ ਆਫ ਬੰਗਾਲ ਜੋ ਹੋਇਆ ਸੀ ਲੋਰ ਕਰਜਨ ਦੇ ਟਾਈਮ ਦੇ ਉੱਪਰ ਉਸ ਟਾਈਮ ਦੇ ਉੱਪਰ ਜੋ ਸਵਦੇਸ਼ ਔਰ ਬਾਇਕਾਟ ਯਾਨੀ ਦੋ ਸਟਰਗਲ ਸੀ ਇਹੜੇ ਮੈਥਡਸ ਇਹ ਅਡਾਪਟ ਕੀਤੇ ਗਏ ਸੀ ਇੰਡੀਅਨਸ ਦੇ ਦੁਆਰਾ ਤਾਂ ਕਿ ਜਿਹੜੀ ਪਾਰਟੀਸ਼ਨ ਆਫ ਬੰਗਾਲ ਹੈ ਇਸ ਨੂੰ ਬ੍ਰਿਟਿਸ਼ਰਸ ਦੇ ਦੁਆਰਾ ਕੈਨਸਲ ਕੀਤਾ ਜਾਵੇ ਜੋ ਪਾਰਟੀਸ਼ਨ ਆਫ ਬੰਗਾਲ ਸੀ ਇਹ 16 ਅਕਤੂਬਰ 1905 ਨੂੰ ਅੱਕੜ ਹੋਈ ਸੀ ਯਾਨੀ 16 5 16 ਅਕਤੂਬਰ 1905 ਨੂੰ ਪਾਰਟੀਸ਼ਨ ਆਫ ਬੰਗਾਲ ਕੀਤੀ ਗਈ ਸੀ ਬ੍ਰਿਟਿਸ਼ਰਜ਼ ਦੇ ਦੁਆਰਾ ਜਿਸ ਦੇ ਵਿੱਚ ਦੋ ਜਿਹੜੀਆਂ ਆਰਗੇਨਾਈਜੇਸ਼ਨ ਬਣਾਏ ਗਏ ਸੀ ਇੱਕ ਦੀ Hindu ਦੀ ਇੱਕ ਸੀ Muslim ਦੀ Muslim ਨੂੰ ਕਿਹਾ ਗਿਆ ਸੀ ਕਿ ਤੁਹਾਡੇ ਲਈ ਜਿਹੜਾ ਏਰੀਆ ਹੋਏਗਾ ਉਹ ਹੋਏਗਾ ਵੈਸਟਰਨ ਯਾਨੀ ਮੁਸਲਿਮ ਨੂੰ ਏਰੀਆ ਦਿੱਤਾ ਗਿਆ ਸੀ ਵੈਸਟਰਨ ਯਾਨੀ ਇੰਡੀਆ ਦਾ ਜੋ ਵੈਸਟਰਨ ਏਰੀਆ ਸੀ ਉਹ ਕਿਸ ਨੂੰ ਦਿੱਤਾ ਗਿਆ ਸੀ ਮੁਸਲਿਮਸ ਨੂੰ ਔਰ ਜਿਹੜਾ ਹਿੰਦੂ ਏਰੀਆ ਸੀ ਇਸ ਨੂੰ ਦਿੱਤਾ ਗਿਆ ਸੀ ਈਸਟਰਨ ਏਰੀਆ ਯਾਨੀ ਇੱਕ ਪ੍ਰਕਾਰ ਦਾ ਹਿੰਦੂ ਔਰ ਮੁਸਲਿਮ ਨੂੰ ਆਪਸੇ ਵਿੱਚ ਕੀ ਕੀਤਾ ਜਾ ਰਿਹਾ ਡਿਵਾਈਡ ਕੀਤਾ ਜਾ ਰਿਹਾ ਸੀ ਇਸ ਪਾਰਟੀਸ਼ਨ ਆਫ ਬੰਗਾਲ ਦੇ ਤਹਿਤ ਇਸ ਦਾ ਵਿਰੋਧ ਹਿੰਦੂ ਔਰ ਮੁਸਲਿਮ ਦੇ ਦੁਆਰਾ ਦੋਨਾਂ ਦੇ ਦੁਆਰਾ ਕੀਤਾ ਗਿਆ ਸੀ ਔਰ ਇਸ ਦੇ ਰਿਲੇਟਡ ਸਵਦੇਸ਼ ਔਰ ਬਾਇਕਾਟ ਜਿਹੜੇ ਮੂਵਮੈਂਟ ਨੇ ਆਵ ਵੀ ਸਟਾਰਟ ਕੀਤੇ ਗਏ ਸੀ ਇੰਡੀਅਨ फ्रीडम स्ट्रगल द्वारा इसलिए अपना जो आइटम्स है इस क्वेश्चन का वह है एगीटे अगेंस्ट द पार्टीशन ऑफ बंगाल नैक्सट क्वेश्चन है अपने कोल 11 नंबर क्वेश्चन इन द कॉन्टैक्सट ऑफ जियो सैक्रन सैटेलाइट लॉन्च वहीकल विच ऑफ द फॉलोइंग स्टेटमेंट्स आर ट्रू ਯਾਨੀ GSLV ਜੋ ਹੈ ਇਸ ਦੇ ਰਿਲੇਟਡ ਆਪਾਂ ਨੂੰ ਚਾਰ ਸਟੇਟਮੈਂਟਸ ਦਿੱਤੇ ਗਏ ਨੇ ਪੁੱਛੀ ਗਈ ਹੈ ਕਿਹੜੀ ਸਟੇਟਮੈਂਟ ਇਸ ਦੇ ਵਿੱਚ ਆਪਾਂ ਨੂੰ ਸਹੀ ਦਿੱਤੀ ਗਈ ਹੈ ਸਭ ਤੋਂ ਪਹਿਲੀ ਸਟੇਟਮੈਂਟ ਆਪਣੇ ਕੋਲ ਇਟ ਵਾਸ ਡਿਵੈਲਪਡ ਟੂ ਲਾਂਚ ਇਨਸੈਟ ਸੀਰੀਜ਼ ਆਫ ਸੈਟਲਾਈਟਾ ਯਾਨੀ ਇਸ ਨੂੰ ਡਿਵੈਲਪ ਕੀਤਾ ਗਿਆ ਸੀ ਇਨਸੈਟ ਸੀਰੀਜ਼ ਜੋ ਹੈ ਸੈਟਲਾਈਟ ਦੀ ਇਸ ਨੂੰ ਲਾਂਚ ਕਰਨ ਦੇ ਲਈ ਬਿਲਕੁਲ ਸਹੀ ਸਟੇਟਮੈਂਟ ਆਪਣੇ ਕੋਲ GSLV ਜੋ ਹੈ ਇੱਕ ਆਪਣੇ ਕੋਲ ਹੈ PSLV PSLV stands for Polar Satellite Launch Vehicle GSLV ਸਟੈਂਡ ਕਰਦਾ ਹੈ ਜੀਓ ਸਾਈਕਰਨਸ ਅ ਸੈਟਲਾਈਟ ਲੌਂਚ ਵਹੀਕਲ ਜੇਕਰ ਜਿਆਦਾ ਦੂਰ ਦੂਰੀ ਦੇ ਉੱਪਰ ਔਰ ਵੱਧ ਵਜ਼ਨ ਵਾਲੇ ਜਿਹੜੇ ਸੈਟਲਾਈਟ ਹੁੰਦੇ ਨੇ ਉਹਨਾਂ ਨੂੰ ਪਹੁੰਚਾਉਣ ਦੇ ਲਈ ਆਪਾਂ ਯੂਜ਼ ਕਰਦੇ ਆ ਜੀਐਸਐਲਵੀ ਔਰ ਜਿਹੜਾ ਪੀਐਸਐਲਵੀ ਹੈ ਇਸ ਨੂੰ ਆਪਾਂ ਛੋਟੇ ਜਿਹੜੇ ਸੈਟਲਾਈਟ ਹੁੰਦੇ ਨੇ ਸਮਾਲ ਸੈਟਲਾਈਟਸ ਉਹਨਾਂ ਨੂੰ ਪਹੁੰਚਾਉਣ ਦੇ ਲਈ ਇਹੇ ਯੂਜ਼ ਕਰਦੇ ਆਪਾਂ ਪੀਐਸਐਲਵੀ ਪੋਲਰ ਸੈਟਲਾਈਟ ਲੌਂਚ ਵਹੀਕਲ ਇਹ ਆਪਾਂ ਨੂੰ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਦਿੱਤੀ ਗਈ ਹੈ ਸੈਕਿੰਡ ਸਟੇਟਮੈਂਟ ਆਪਣੇ ਕੋਲ ਇਟ ਪਲੇਸਸ ਸੈਟਲਾਈਟ ਇਨਟੂ ਜੀਓਸਿੰਕਰਨਸ ਟ੍ਰਾਂਸਫਰ ਆਰਬਿਟਸ ਯਾਨੀ ਇਸੇ ਦੁਆਰਾ ਸੈਟਲਾਈਟਸ ਨੂੰ ਪਲੇਸ ਕੀਤਾ ਜਾਂਦਾ ਹੈ ਜੀਓ ਸੈਂਕ੍ਰੋਨਸ ਟ੍ਰਾਂਸਫਰ ਆਰਬਿਟ ਦੇ ਵਿੱਚ ਇਹ ਵੀ ਬਿਲਕੁਲ ਸਹੀ ਸਟੇਟਮੈਂਟ ਆਪਣੇ ਕੋਲ ਇਟ ਹੈਜ਼ 3 ਸਟੇਜ ਲਾਂਚਰ ਯਾਨੀ ਇਸੇ ਕੋਲ 3 스테이지 로치 베히클즈 ਨੇ ਬਿਲਕੁਲ ਸਹੀ ਆਪਣੇ ਕੋਲ ਜਿਹੜੀ 4th ਸਟੇਟਮੈਂਟ ਹੈ ਆਪਾਂ ਨੂੰ ਇਹ ਇਨਕੋਰੈਕਟ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੇ ਕਿਹਾ ਹੈ ਆਪਾਂ ਨੂੰ ਇਟ ਕੈਨ ਨਾਟ ਯੂਜ਼ ਕ੍ਰਾਇਓਜੈਨਿਕ ਇੰਜਨ ਯਾਨੀ ਇਹਨਾਂ ਨੇ ਕਿਹਾ ਹੈ ਆਪਾਂ ਨੂੰ ਕਿ ਕ੍ਰਾਇਓਜੈਨਿਕ ਇੰਜਨ ਨੇ ਜੋ ਇਹਨਾਂ ਦੇ ਦੁਆਰਾ ਯੂਜ਼ ਨਹੀਂ ਕੀਤੇ ਜਾਂਦੇ ਬਟ ਇਹਨਾਂ ਦੇ ਦੁਆਰਾ ਕ੍ਰਾਇਓਜੈਨਿਕ ਇੰਜਨ ਜੋ ਨੇ ਉਹ ਯੂਜ਼ ਕੀਤੇ ਜਾਂਦੇ ਨੇ ਯਾਨੀ 4th ਸਟੇਟਮੈਂਟ ਆਪਣੇ ਕੋਲ ਇਨਕੋਰੈਕਟ ਹੈ ਯਾਨੀ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਬਣੂਗਾ ਆਪਣਾ ਉਹ ਬਣੂਗਾ 1st 2nd 3rd ਆਰ ਕੋਰੈਕਟ ਬੀ ਆਪਸ਼ਨ ਇਜ਼ ਦਾ ਕੋਰੈਕਟ ਆਨਸਰ ਇਸੀ ਇਹ ਜੀਐਸਐਲ ਵੀ ਔਰ ਪੀਐਸਐਲ ਵੀ ਇਹਨਾਂ ਦੋਨੋਂ ਨੂੰ ਯੂਜ਼ ਕਰਦਾ ਹੈ ਇਸਰੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਹੈ ਬੈਂਗਲੁਰੂ ਦੇ ਵਿੱਚ ਔਰ ਇਸ ਦੇ ਜਿਹੜੇ ਚੇਅਰਮੈਨ ਨੇ ਉਹ ਨੇ ਡਾਕਟਰ ਕੇ 7 ਡਾਕਟਰ ਕੇ 7 ਇਹ ਹੀ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਇੱਕ ਆਰਗੇਨਾਈਜੇਸ਼ਨ ਹੈ ਥੈਟ ਇਜ਼ ਡੀਆਰਡੀਓ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਸ ਦਾ ਜਿਹੜਾ ਹੈੱਡਕੁਆਰਟਰ ਨਿਊ ਡელი ਦੇ ਵਿੱਚ ਹੈ ਔਰ ਇਸ ਦੇ ਜਿਹੜੇ ਚੇਅਰਮੈਨ ਨੇ ਉਹ ਨੇ ਜੀ ਸਤੀਸ਼ ਰੈਡੀ ਜੀ ਸਤੀਸ਼ ਰੈਡੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਕਿਹੜੀ ਸਬਮਰੀਨ ਹੈ ਜੋ ਕਿ ਇੰਡੀਆ ਦੀ ਪਹਿਲੀ ਇੰਡੀਜੀਨੀਅਸ ਸਕੋਰਪੀਨ ਕਲਾਸ ਸਬਮਰੀਨ ਹੈ ਜਿਹਨੂੰ ਕਮਿਸ਼ਨ ਕੀਤਾ ਗਿਆ ਸੀ ਇੰਡੀਅਨ ਨੇਵੀ ਨੂੰ ਪਹਿਲੀ ਜਿਹੜੀ ਇੰਡੀਆ ਦੀ ਇੰਡੀਜੀਨੀਅਸਲੀ ਖੁਦ ਹੀ ਬਣਾਈ ਹੋਈ ਸਕੋਰਪੀਨ ਕਲਾਸ ਸਬਮਰੀਨ ਹੈ ਉਸ ਦਾ ਨਾਮ ਕੀ ਹੈ ਇਸ ਦਾ ਨਾਮ ਹੈ ਆਈ ਐਨ ਐਸ ਕਲਵਾਰੀ ਇਸ ਲਈ ਆਪਣਾ ਜੋ ਆਈਟਮਸ ਹੈਸ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਆਈ ਐਨ ਐਸ ਕਲਵਾਰੀ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇੰਡੀਆ ਦੇ ਕੋਲ ਟੋਟਲ ਤਿੰਨ ਨੇ ਜਿਹੜੀਆਂ ਸਕੋਰਪੀਨ ਕਲਾਸ ਸਬਮਰੀਨ ਨੇ ਇੱਕ ਦਾ ਹੈ ਆਈ ਐਨ ਐਸ ਕਲਵਾਰੀ ਇੱਕ ਹੈ ਆਈ ਐਨ ਐਸ खंडेरी आई एन एस खंडेरी एक है अपने कोल इंडिया को आई एन एस करंज आई एन एस करंज यह तीन ने अपने कोल इंडिया को तीन क्लास सवरी ने जो एक है आई एन एस कलवारी आई एन एस खंडेरी और आई एन एस करंज यह भी तो याद रखना है नैक्स क्वेश्चन है अपने कोल थर्टींथ नंबर क्वेश्चन द कॉन्स्टिट्यूशन ऑफ इंडिया इन पावर्स द सुप्रीम कोर्ट ऑफ इंडिया टू एडजुडिकेट डिस्प्यूट्स बिटवीन सेंटर स्टेट्स थ्रो यानी ਕਿਹੜਾ ਡਿਸਪਿਊਟਸ ਜੂਰਿਸਡਿਕਸ਼ਨ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ ਸੈਂਟਰ ਔਰ ਸਟੇਟ ਦੇ ਜਿਹੜੇ ਇਸ਼ੂਜ਼ ਹੁੰਦੇ ਨੇ ਇਹਨਾਂ ਨੂੰ ਰਿਜ਼ੋਲਵ ਕਰਨ ਦੇ ਲਈ ਤੁਹਾਡੇ ਇਹ ਚਾਰ ਆਪਸ਼ਨ ਦਿੱਤੇ ਗਏ ਨੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣਾ ਉਹ ਹੈ ਡੀ ਆਪਸ਼ਨ origignal ਜੂਰਿਸਡਿਕਸ਼ਨ origignal ਜੂਰਿਸਡਿਕਸ਼ਨ ਜੋ ਹੈ ਇਸ ਦੇ ਤਹਿਤ ਜੋ ਸੈਂਟਰ ਔਰ ਸਟੇਟ ਦੇ ਵਿੱਚ ਕੋਈ ਡਿਸਪਿਊਟ ਹੈ ਇਸ ਨੂੰ ਰਿਜ਼ੋਲਵ ਕੀਤਾ ਜਾਊਗਾ ਇਸ ਜੂਰਿਸਡਿਕਸ਼ਨ ਦੇ ਤਹਿਤ ਇਸ ਲਈ ਆਪਣਾ ਜੋ ਆਈਟਮਸ ਹੈ ਕੁਐਸਚਨ ਦਾ ਉਹ ਹੈ ਦੀ ਆਪਸ਼ਨ origignal ਜੂਰਿਸਡਿਕਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ 14th ਨੰਬਰ ਕੁਐਸਚਨ 14 ਨੰਬਰ ਕੁਐਸਚਨ। ਵਿਚ ਆਫ ਦਾ ਫੋਲੋਇੰਗ ਇਜ਼ ਆਰ ਇਨਕਲੂਡਡ ਇਨ ਦਾ ਡਿਪਟੇਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ? ਡੀਪੀਐਸਪੀ ਨੇ ਜਿਹੜੇ ਇਹਨਾਂ ਦੇ ਜਿਹੜੇ ਆਰਟੀਕਲਸ ਨੇ ਉਹ ਯਾਦ ਰੱਖਣੇ ਨੇ ਪਹਿਲਾਂ ਤਾਂ 36 ਤੋਂ ਲੈ ਕੇ 51 ਤੱਕ ਆ। ਔਰ ਡੀਪੀਐਸਪੀ ਨੇ ਜਿਹੜੇ ਆਪਾਂ ਨੇ ਇਹ ਕਿੱਥੋਂ ਬੋਰੋ ਕੀਤੇ ਨੇ ਆਇਰਲੈਂਡ ਤੋਂ। ਆਇਰਲੈਂਡ ਯਾਨੀ ਇਰੀਸ਼ ਕਨਸਟੀਟਿਊਸ਼ਨ ਇਹ ਯਾਦ ਰੱਖਣਾ ਹੈ। ਇਹਨਾਂ ਨੇ ਪੁੱਛਿਆ ਆਪਾਂ ਨੂੰ ਕਿਹੜੀਆਂ ਕਿਹੜੀ ਸਟੇਟਮੈਂਟਸ ਹੈ ਜਿਹੜੀ ਆਪਾਂ ਡੀਪੀਐਸਪੀ ਦੇ ਪਹਿਲੀ ਸਟੇਟਮੈਂਟ ਹੈ ਆਪਣੇ ਕੋਲ ਪ੍ਰੋਹੀਬੀਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ ਸਭ ਤੋਂ ਪਹਿਲਾਂ ਤੁਸੀ ਇਹ ਯਾਦ ਰੱਖਣਾ ਹੈ ਕਿ ਆਪਣੇ ਕੋਲ ਫੰਡਾਮੈਂਟਲ ਰਾਈਟਸ ਵੀ ਨੇ ਜੋ ਪ੍ਰੋਹੀਬੀਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ ਹੈ ਇਹ ਆਪਣੇ ਫੰਡਾਮੈਂਟਲ ਰਾਈਟ ਦਾ ਪਾਰਟ ਹੈ ਇਹ ਡੀਪੀਐਸਪੀ ਦਾ ਪਾਰਟ ਨਹੀਂ ਹੈ ਯਾਨੀ ਇਹ ਆਪਣਾ ਫੰਡਾਮੈਂਟਲ ਰਾਈਟ ਦਾ ਪਾਰਟ ਹੈ ਕਿਸ ਆਰਟੀਕਲ ਦੇ ਤਹਿਤ ਆਂਦਾ ਹੈ ਪ੍ਰੋਹੀਬੀਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ ਇਹ ਤਾਂ ਆਰਟੀਕਲ ਜੋ ਹੈ ਉਹ ਹੈ ਆਰਟੀਕਲ 23 ਇਹ ਤੁਸੀ ਯਾਦ ਰੱਖਣਾ ਹੈ ਸੈਕੰਡ ਸ ਸੈਕੰਡ ਆਪਣੇ ਕੋਲ ਪ੍ਰੋਹੀਬੀਸ਼ਨ ਆਫ ਕੰਜ਼ਮਪਸ਼ਨ ਐਕਸੈਪਟ ਫਾਰ ਮੈਡੀਸਨਲ ਪਰਪਸ ਆਫ ਇਨਟੌਕਸिकेटਿੰਗ ਡਰਿੰਕਸ ਐਂਡ ਆਫ ਅਦਰ ਡਰਗਸ ਵਿਚ ਆਰ ਇੰਜੂਰੀਅਸ ਟੂ ਹੈਲਥ ਯਾਨੀ ਕੰਜ਼ਮਪਸ਼ਨ ਕਰਨ ਦੇ ਲਈ ਰੋਕਣਾ ਜੋ ਵੀ ਮੈਡੀਸਨਲ ਪਰਪਸ ਦੇ ਲਈ ਯੂਜ਼ ਕਰਦੇ ਆਪਾਂ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਨੂੰ ਆਪਾਂ ਨੇ ਕੀ ਕਰਨਾ ਹੈ ਪ੍ਰੋਹੀਬਿਟ ਕਰਨਾ ਇਹ ਆਪਾਂ ਨੂੰ ਡੀ ਪੀ ਐਸ ਪੀ ਦੇ ਵਿੱਚ ਦਿੱਤਾ ਗਿਆ ਹੈ ਔਰ ਬਿਲਕੁਲ ਸਹੀ ਆਪਾਂ ਨੂੰ ਦਿੱਤਾ ਗਿਆ ਹੈ ਯਾਨੀ ਆਪਣਾ ਜੋ ਆਈਟਮਸ ਬਣੂ ਇਸ ਕੁਐਸਚਨ ਦਾ ਉਹ ਬਣੂਗਾ ਸੈਕੰਡ ਓਨਲੀ ਇਸ ਕਰੈਕਟ ਇਸ ਆਈਟਮਸ ਹਜ਼ ਕੁਐਸਚਨ ਦਾ ਵੀ ਆਪਸ਼ਨ ਜਿਹੜੀ ਦੂਜੀ ਸਟੇਟਮੈਂਟ ਹੈ ਆਪਣੇ ਕੋਲ ਉਹ ਹੀ ਕਰੈਕਟ ਹੈ ਬਾਕੀ ਜਿਹੜੀ ਪਹਿਲੀ ਸਟੇਟਮੈਂਟ ਹੈ ਉਹ ਕਰੈਕਟ ਨਹੀਂ ਹੈ ਕਿਉਂਕਿ ਇਹ ਫੰਡਾਮੈਂਟਲ ਰਾਈਟ ਦਾ ਪਾਰਟ ਹੈ ਆਰਟੀਕਲ 23 ਦੇ ਅੰਡਰ ਆਉਂਦੇ ਨੇ ਫੰਡਾਮੈਂਟਲ ਰਾਈਟ ਇਹ ਵੀ ਤੁਸੀਂ ਯਾਦ ਰੱਖਣੇ ਨੇ ਨੈਕਸਟ ਕੁਐਸਚਨ ਹੈ ਆਪਣੇ ਕੋਲ 15 ਨੰਬਰ ਕੁਐਸਚਨ ਇਨ ਇੰਡੀਆ ਹੂ ਇਜ਼ ਦਾ ਚੇਅਰਮੈਨ ਆਫ ਦਾ ਨੈਸ਼ਨਲ ਵਾਟਰ ਰਿਸੋਰਸ ਕਾਉਂਸਲ ਯਾਨੀ ਨੈਸ਼ਨਲ ਵਾਟਰ ਰਿਸੋਰਸ ਕਾਉਂਸਲ ਜੋ ਹੈ ਇਸ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਕੌਣ ਹੁੰਦੇ ਨੇ ਇਸ ਦੇ ਜਿਹੜੇ ਚੇਅਰਮੈਨ ਹੁੰ इस एट्रेंस है इस क्वेश्चन ऑप्शन प्राइम मिनिस्टर इस तो अलावा एक इंस्टीट्यूशन है जिसका नाम है नीति आयोग नीति आयोग जो है इस जे एक्स ऑफिशियल चेयरमैन होंगे ने भी ने देश के प्रधानमंत्री यानी नीति आयोग जो है इससे जे एक्स ऑफिशियल चेयरमैन होंगे प्रधानमंत्री नरेंद्र मोदी जी ने जो प्रेजेंट टाइम से इस तो तुला यह भी याद रखना है जो नीति आयोग ने इसद जे सी ओ ने अमिताभ कंत अमिताभ कंत और जो वाइस चेयरमैन ने कौन ने राजीव कुमार राजीव कुमार यह भी याद रखना है ਨੈਕਸਟ ਕੁਐਸਚਨ ਹੈ ਆਪਣੇ ਕੋਲ 16 ਨੰਬਰ ਕੁਐਸਚਨ ਮੈਚ ਦਾ ਫੋਲੋਇੰਗ ਹੈ ਇਹ ਚਾਰ ਸਿੱਖ ਗੁਰੂਸ ਆਪਾਂ ਨੂੰ ਦਿੱਤੇ ਗਏ ਨੇ ਔਰ ਇਹਨਾਂ ਦੇ ਤਰਫ ਆਪਾਂ ਨੂੰ ਇਹਨਾਂ ਦੀਆਂ ਜਿਹੜੀਆਂ ਬੁੱਕਸ ਨੇ ਉਹ ਦਿੱਤੀਆਂ ਗਈਆਂ ਨੇ ਰਚਨਾਵਾਂਸ ਦਿੱਤੀਆਂ ਗਈਆਂ ਨੇ ਇਹਨਾਂ ਨੂੰ ਆਪਾਂ ਨੇ ਮੈਚ ਕਰਨਾ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਇਹਨਾਂ ਦੇ ਦੁਆਰਾ ਜਿਹੜਾ ਜਿਹੜੀ ਇਹਨਾਂ ਦੀ ਰਚਨਾ ਹੈ ਉਹ ਕਿਹੜੀ ਸੀ ਇਹਨਾਂ ਨੂੰ ਆਪਾਂ ਨੇ ਕੀ ਕਰਨਾ ਹੈ ਮੈਚ ਕਰਨਾ ਸਭ ਤੋਂ ਪਹਿਲਾਂ ਨੇ ਆਪਣੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਹੈ ਆਸਾਂ ਦੀ ਵਾਰ ਯਾਨੀ ਫਸਟ ਆਪਣੇ ਕੋਲ ਇੱਕ ਹੀ ਦਿਨਾਂ ਮੈਚ ਹੋਏਗਾ ਥਰਡ ਦੇ ਨਾਲ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਜੋ ਰਚਨਾ ਲਿਖੀ ਗਈ ਸੀ ਉਸ ਹੀ ਬਚਿੱਤਰਨਾਟਕਾ ਬਚਿੱਤਰਨਾਟਕ ਜੋ ਲਿਖੀ ਗਈ ਸੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਲਿਖੀ ਗਈ ਸੀ ਯਾਨੀ ਬੀ ਦਾ ਮੈਚ ਹੋਏਗਾ ਫੋਰਥ ਦੇ ਨਾਲ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਆ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਤੁਹਾਨੂੰ ਸਭ ਨੂੰ ਪਤਾ ਹੋਇਆ ਹੋਏਗਾ ਇਹਨਾਂ ਨੇ ਲਿਖਿਆ ਸੀ ਲਾਵਾਂ ਯਾਨੀ ਇਹ ਮੈਚ ਹੋ ਜਾਏਗਾ ਆਪਣੇ ਕੋਲ ਸੈਕਿੰਡ ਦੇ ਨਾਲ ਜੋ ਸੀ ਆਪਣੇ ਕੋਲ ਕਿਸ ਦੇ ਨਾਲ ਮੈਚ ਹੋਏਗਾ ਥਰਡ ਦੇ ਨਾਲ ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਜਿਹੜੇ ਇਹਨਾਂ ਨਾਲ ਮੈਚ ਹੋਣਗੇ ਆ ਅਨੰਦ ਸਾਹਿਬ ਦੇ ਨਾਲ ਯਾਨੀ ਜੋ ਡੀ ਆਪਣੇ ਕੋਲ ਇਹ ਮੈਚ ਹੋ ਜਾਏਗਾ 1 ਦੇ ਨਾਲ ਯਾਨੀ ਆਪਣੇ ਕੋਲ ਜੋ ਮੈਚ ਹੁੰਦਾ ਹੈ ਆਪਣੇ ਇਸ ਦਿਨਲ ਆਪਣਾ ਜੋ ਮੈਚ ਹੋਏਗਾ ਉਹ ਹੋਏਗਾ ਆ ਬੀ ਆਪਸ਼ਨ ਦੇ ਵਿੱਚ 3rd 4th 2nd অর 1st ਯਾਨੀ ਆਪਣਾ ਜੋ ਆਈਟਮਸ ਬਣੇਗਾ ਇਸ ਕੁਐਸਚਨ ਦਾ ਉਹ ਬਣੇਗਾ 3rd 4th 2nd অর 1st ਬੀ ਆਪਸ਼ਨ ਇਸਾ கரੈਕਟ ਆਨਸਰ ਨੈਕਸਟ ਕੁਐਸਚਨ ਹੈ ਆਪਣੇ ਕੋਲ 17 ਨੰਬਰ ਦਾ ਕੁਐਸਚਨ which of the following is not true about baba banda singh bahadra banda singh bahadra ਜੋ ਸੀ ਇਹਨਾਂ ਦੇ ਦੁਆਰਾ ਜੋ ਚਾਰ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਇਸ ਦੇ ਲੈਟਲੀ ਆਪਾਂ ਨੂੰ ਪੁੱਛਿਆ ਗਿਆ ਕਿਹੜੀ ਸਟੇਟਮੈਂਟ ਆਪਾਂ ਨੂੰ ਇਨਕਰੈਕਟ ਦਿੱਤੀ ਗਈ ਹੈ ਨਾਟ ਟ्रू ਦਿੱਤੀ ਗਈ ਹੈ ਸਭ ਤੋਂ ਪਹਿਲਾਂ ਆਪਣੇ ਕੋਲ ਜੋ ਸਟੇਟਮੈਂਟ ਦਿੱਤੀ ਗਈ ਹੈ ਉਹ ਕਿਹੜੀ ਹੈ ਆਪਣੇ ਕੋਲ ਹਿਸ origignal ਨੇਮ ਵਾਸ ਲਕਸ਼ਮਦੇਵ ਇਹਨਾਂ ਦਾ ਜਿਹੜਾ origignal ਨੇਮ ਸੀ ਉਹ ਲਕਸ਼ਮਨਦੇਵ ਸੀ ਜੋ ਕਿ ਬਿਲਕੁਲ ਆਪਾਂ ਨੂੰ ਸਟੇਟਮੈਂਟ ਸਹੀ ਦਿੱਤੀ ਗਈ ਹੈ ਨੈਕਸਟ ਆਪਣੇ ਕੋਲ ਹੀ ਮੇਡ ਦਾ ਫੋਟੋ ਆਫ ਮਕਲਿਸ਼ਪੁਰ ਮਕਲਿਸ਼ਪੁਰਿਕ ਮਕਲਿਸ਼ਪੁਰ ਇੱਕ ਮਕਲੀਸ਼ਪੁਰ ਇਹਨਾਂ ਦੇ ਦੁਆਰਾ ਜਿਹਦਾ ਫੋਟੋ ਬਣਾਇਆ ਗਿਆ ਸੀ ਔਰ ਇਸ ਨੂੰ ਆਪਣੀ ਰਾਜਸਥਾਨੀ ਬਣਾਇਆ ਗਿਆ ਸੀ ਔਰ ਇਸ ਨੂੰ ਨਾਮ ਦਿੱਤਾ ਗਿਆ ਸੀ ਇਹਨਾਂ ਦੇ ਦੁਆਰਾ ਲੋਗੜ ਜੋ ਕਿ ਬਿਲਕੁਲ ਆਪਾਂ ਨੂੰ ਸਹੀ ਸਟੇਟਮੈਂਟ ਦਿੱਤੀ ਗਈ ਹੈ ਪਹਿਲੇ ਦੋਨੋਂ ਸਟੇਟਮੈਂਟ ਸਹੀ ਨੇ ਬਿਲਕੁਲ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ 3 ਹੀ ਵਾਸ ਕੈਪਚਰਡ ਐਂਡ ਕਿਲਡ ਔਨ ਦਾ ਆਰਡਰਸ ਆਫ ਦਾ ਮੁਗਲ ਐਮਪਰਰ ਦੈਟ ਇਜ਼ ਔਰੰਗਜ਼ੇਬ ਯਾਨੀ ਇਹਨਾਂ ਦੇ ਇਹਨਾਂ ਨੂੰ ਕੈਪਚਰ ਕੀਤਾ ਗਿਆ ਸੀ ਔਰੰਗਜ਼ੇਬ ਦੇ ਦੁਆਰਾ ਮੁਗਲ ਐਮਪਰਰ ਔਰ ਕਿਲਡ ਕੀਤਾ ਗਿਆ ਸੀ ਖਤਮ ਕੀਤਾ ਗਿਆ ਸੀ ਮਾਰਿਆ ਗਿਆ ਸੀ ਔਰੰਗਜ਼ੇਬ ਦੇ ਦੁਆਰਾ ਜੋ ਕਿ ਆਪਾਂ ਨੂੰ ਥਰਡ ਸਟੇਟਮੈਂਟ ਬਿਲਕੁਲ ਇਨਕਰੈਕਟ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੂੰ ਜਿਹੜਾ ਕੈਪਚਰ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ ਫਰੂਖ ਸ਼ਿਆਰ ਦੇ ਦੁਆਰਾ ਫਰੂਖ ਸ਼ਿਆਰ ਮੁਗਲ ਐਮਪਰਰ ਸੀ ਜੋ ਇਹਨਾਂ ਦੇ ਦੁਆਰਾ ਇਹਨਾਂ ਨੂੰ ਜੋ ਬਾਬਾ ਬੰਦਾ ਸਿੰਘ ਬਹਾਦਰ ਸੀ ਇਹਨਾਂ ਨੂੰ ਕੈਪਚਰ ਕੀਤਾ ਗਿਆ ਸੀ ਬਾਅਦ ਦੇ ਵਿੱਚ ਇਹਨਾਂ ਨੂੰ ਕਿਲ ਕੀਤਾ ਗਿਆ ਸੀ ਯਾਨੀ 3rd ਸਟੇਟਮੈਂਟ ਆਪਣੀ ਇਨਕੋਰेक्ट ਹੈ ਤੇ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ 4th the name of his son was ajay singha ਯਾਨੀ ਇਹਨਾਂ ਦੇ ਪੁੱਤਰ ਦਾ ਨਾਮ ਸੀ ਅਜੇ ਸਿੰਘ ਜੋ ਕਿ ਆਪਾਂ ਨੂੰ ਬਿਲਕੁਲ ਸਹੀ ਸਟੇਟਮੈਂਟ ਦਿੱਤੀ ਗਈ ਹੈ ਯਾਨੀ ਆਪਣਾ ਜਿਹੜਾ ਅਨਸਰ ਬਣੂਗਾ ਇਸ ਕੁਐਸਚਨ ਦਾ ਉਹ ਬਣੂਗਾ ਸੀ ਆਪਸ਼ਨ 3rd only is our incorrect yani is question ਦਾ right answer ਹੈ ਆਪਣੇ ਕੋਲ ਸੀ ਆਪਸ਼ਨ 3rd only is incorrect ਨੈਕਸਟ ਕੁਐਸਚਨ ਹੈ ਆਪਣੇ ਕੋਲ 18 ਨੰਬਰ ਦਾ ਕੁਐਸਚਨ ਮੈਚ ਦਾ ਮਿਸ ਇਸ ਦ ਵੈਦਰ देयर ਫਾਊਂਡਰਸ ਆ ਯਾਨੀ ਆਪਾਂ ਨੂੰ ਇਸ ਤਰਫ ਚਾਰ ਮਿਸ ਦਿੱਤੇ ਆ ਯਾਨੀ ਔਰ ਇਸ ਤਰਫ ਆਪਾਂ ਨੂੰ ਇਹਨਾਂ ਦੇ ਜਿਹੜੇ ਫਾਊਂਡਰਸ ਨੇ ਲੀਡਰਸ ਨੇ ਉਹ ਦਿੱਤੇ ਗਏ ਨੇ ਇਹਨਾਂ ਨੂੰ ਆਪਾਂ ਨੇ ਆਪਸੇ ਵਿੱਚ ਮੈਚ ਕਰਨਾ ਹੈ ਸਭ ਤੋਂ ਪਹਿਲਾਂ ਜੋ ਆਪਣੇ ਕੋਲ ਮਿਸਲ ਹੈ ਉਹ ਕਿਹੜੀ ਹੈ ਪੰਗੀ ਮਿਸਲ ਹੈ ਪੰਗੀ ਮਿਸਲ ਤੁਹਾਨੂੰ ਸਭ ਨੂੰ ਪਤਾ ਹੋਏਗਾ ਜੋ ਪੰਗੀ ਮਿਸਲ ਹੈ ਇਸ ਨੂੰ ਜਿਹੜਾ ਫਾਊਂਡ ਕੀਤਾ ਸੀ ਉਹ ਕੀਤਾ ਸੀ ਹਰੀ ਸਿੰਘ ਢਿੱਲੋਂ ਨੇ ਹਰੀ ਸਿੰਘ ਨੇ ਯਾਨੀ ਇਹ ਦਾ ਜਿਹੜਾ ਮੈਚ ਹੋ ਜੂਗਾ ਕਿਹਦੇ ਨਾਲ ਹੋ ਜੂਗਾ 4th ਦੇ ਨਾਲ ਯਾਨੀ ਚਾਰੇ ਆਪਸ਼ਨ ਦੇ ਵਿੱਚ ਆਪਣੇ ਕੋਲ ਕੀ ਆਪਸ਼ਨ ਹੈ ਉਹ ਹੈ D ਆਪਸ਼ਨ ਯਾਨੀ ਆਪਣਾ ਆਨਸਰ ਜੋ ਬਣ ਜੂਗਾ ਉਹ ਬਣ ਜੂਗਾ D ਆਪਸ਼ਨ ਇਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਕਨਈਆ ਮਿਸਲ ਜੋ ਕਨਈਆ ਮਿਸਲ ਹੈ ਇਸ ਨੂੰ ਕਿਸ ਨੇ ਫਾਊਂਡ ਕੀਤਾ ਸੀ ਇਸ ਨੂੰ ਫਾਊਂਡ ਕੀਤਾ ਸੀ ਜੈ ਸਿੰਘ ਨੇ ਯਾਨੀ 1st ਦੇ ਨਾਲ ਮੈਚ ਹੋ ਜੂਗਾ B ਦਾ ਮੈਚ ਹੋ ਜੂਗਾ 1st ਦੇ ਨਾਲ ਸਿੰਘਪੂਰੀਆ ਔਰ ਫੈਜ਼ਲਪੂਰੀਆ ਮਿਸਲ ਸਿੰਘਪੁਰਿਆ ਮਿਸਲ ਜੋ ਹੈ ਇਸ ਨੂੰ ਫੈਜ਼ਲਪੁਰਿਆ ਮਿਸਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੋਨਾਂ ਦੇ ਵਿੱਚ ਤੁਹਾਨੂੰ ਕਨਫਿਊਜ਼ ਨਹੀਂ ਹੋਣਾ ਇਹਨਾਂ ਦੋਨਾਂ ਮਿਸਲ ਦਾ ਯਾਨੀ ਇੱਕ ਮਿਸਲ ਦੇ ਦੋ ਨਾਮ ਨੇ ਸਿੰਘਪੁਰਿਆ ਮਿਸਲ ਔਰ ਫੈਜ਼ਲਪੁਰਿਆ ਮਿਸਲ ਇਹੇ ਜੋ ਮਿਸਲ ਹੈ ਸਿੰਘਪੁਰਿਆ ਔਰ ਫੈਜ਼ਲਪੁਰਿਆ ਮਿਸਲ ਇਸ ਨੂੰ ਜੋ ਫਾਊਂਡ ਕੀਤਾ ਸੀ ਉਹ ਕੀਤਾ ਸੀ ਨਵਾਬ ਕਪੂਰ ਸਿੰਘ ਨੇ ਯਾਨੀ ਇਹ ਆਪਣੇ ਇਸੇ ਨਾਲ ਮੈਚ ਹੋ ਜਾਊਗਾ ਨਵਾਬ ਕਪੂਰ ਸਿੰਘ ਦੇ ਨਾਲ ਸੀ ਮੈਚ ਹੋ ਜਾਊਗਾ ਸੈਕੰਡ ਦੇ ਨਾਲ ਉਸ ਤੋਂ ਅਗਲੇ ਆਪਣੇ ਕੋਲ ਸ਼ੁਕਰਚੱਕੀਆ ਮਿਸਲ ਇਸ ਨੂੰ ਫਾਊਂਡ ਕੀਤਾ ਸੀ ਦੈਟ ਇਜ਼ ਅ ਬਾਬਾ ਬੁੱਧ ਸਿੰਘ ਨੇ ਯਾਨੀ ਆਪਣਾ ਡੀ ਮੈਚ ਹੋ ਜਾਏਗਾ ਥਰਡ ਦੇ ਨਾਲ ਇਹ ਜਿਹੜਾ ਆਨਸਰ ਹੈ ਆਪਣਾ ਡੀ ਆਪਸ਼ਨ ਇਸ ਦਾ ਕਰੈਕਟ ਆਨਸਰ ਫੋਰਥ ਫਰਸਟ ਸੈਕੰਡ অর থার্ড ਇਸ ਲਈ ਰਾਈਟ ਆਨਸਰ ਇਸ ਕੁਐਸਚਨ ਦਾ ਅਨ ਡੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ 19 ਨੰਬਰ ਕੁਐਸਚਨ ਜੈਤੋ ਮੋਰਚਾ ਵਾਜ ਫੋਰ ਵਿਚ ਵਨ ਆਫ ਦਾ ਫਾਲਿੰਗ ਆ ਜੈਤੋ ਮੋਰਚਾ ਜੋ ਸੀ ਉਹ ਕੱਢਿਆ ਗਿਆ ਸੀ ਕਿਸ ਕਾਰਨ ਕਰਕੇ ਕੱਢਿਆ ਗਿਆ ਸੀ ਯਾਨੀ ਕਿਸ ਇਹਦਾ ਰੀਜ਼ਨ ਕੀ ਸੀ ਜੋ ਜੈਤੋ ਮੋਰਚਾ ਸਟਾਰਟ ਕੀਤਾ ਗਿਆ ਸੀ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਆਪਣਾ ਉਹ ਹੈ ਬੀ ਆਪਸ਼ਨ ਫੋਰ ਰੀਸਟੋਰੇਸ਼ਨ ਆਫ ਮਹਾਰਾਜਾ ਰਿਪੂ ਰਿਪੂਦ ਮੈਨ ਸਿੰਘ ਆਫ ਨਾਬਾ ਟੂ ਹਿਸ ਥਰੋਨ ਯਾਨੀ ਉਹਨਾਂ ਨੂੰ ਰੀਸਟੋਰ ਕਰਨ ਦੇ ਲਈ ਯਾਨੀ ਜੋ ਮਹਾਰਾਜਾ ਸੀ ਜਿਹਦਾ ਨਾਮ ਸੀ ਰਿਪੁਦ ਮੈਨ ਸਿੰਘ ਇਹਨਾਂ ਨੂੰ ਨਾਬਾ ਦੇ ਥਰੋਨ ਦੇ ਉੱਪਰ ਰੀਸਟੋਰ ਕਰਨ ਦੇ ਲਈ ਇਹ ਜਿਹੜਾ ਜੈਤ ਤੋਂ ਮੋਰਚਾ ਨਿਕਾਲਿਆ ਗਿਆ ਸੀ ਇਸ ਲਈ ਆਪਣਾ ਜੋ ਰਟਨ ਸੈਸ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਫਾਰ ਰੀਸਟੋਰੇਸ਼ਨ ਆਫ ਮਹਾਰਾਜਾ ਰਿਪੁਦ ਮੈਨ ਸਿੰਘ ਆਫ ਨਾਬਾ ਟੂ ਹਿਸ ਥਰੋਨ ਨੈਕਸਟ ਕੁਐਸਚਨ ਹੈ ਆਪਣੇ ਕੋਲ 20th ਨੰਬਰ ਕੁਐਸਚਨ ਬੀ ਨੰਬਰ ਕੁਐਸਚਨ ਵਿਚ ਆਫ ਦਾ ਫਾਲੋਇੰਗ ਸਟੇਟਮੈਂਟਸ ਇਜ਼ ਨਾਟ ਟਰੂ ਅਬਾਊਟ ਭਗਤ ਸਿੰਘ ਪਗਤ ਸਿੰਘ ਸੀੜੇ ਸਰਦਾਰ ਪਗਤ ਸਿੰਘ ਇਹਨਾਂ ਦੇ ਰਿਲੇਟਡ ਆਪਾਂ ਨੂੰ ਚਾਰ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਪੁੱਛੀ ਗਈ ਹੈ ਕਿਹੜੀ ਸਟੇਟਮੈਂਟ ਇਨਕੋਰੈਕਟ ਦਿੱਤੀ ਗਈ ਹੈ ਸਭ ਤੋਂ ਪਹਿਲੀ ਜਿਹੜੀ ਸਟੇਟਮੈਂਟ ਆਪਾਂ ਨੂੰ ਇਸ ਦੇ ਵਿੱਚ ਦਿੱਤੀ ਗਈ ਹੈ ਉਹ ਹੈ ਹੀ ਵਾਸ ਬੋਰਨ ਇਨ ਸੰਦੂਫ ਜੱਟ ਫੈਮਿਲੀ ਇਨ 1907 ਐਂਡ ਸਟੱਡਿਡ ਐਟ ਧਿਆਨਨੰਦ ਐਂਗਲੋ ਵੈਦਿਕ ਸਕੂਲ ਇਨ ਲਾਹੌਰ ਯਾਨੀ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ 1907 ਦੇ ਵਿੱਚ ਹੋਇਆ ਸੀ ਕਿੱਥੇ ਹੋਇਆ ਸੀ ਸੰਧੂ ਜੱਟ ਫੈਮਿਲੀ ਦੇ ਵਿੱਚ ਹੋਇਆ ਸੀ ਇਹਨਾਂ ਦੇ ਦੁਆਰਾ ਸਟੱਡੀ ਕੀਤੀ ਗਈ ਸੀ ਧਿਆਨੰਦ ਐਂਗਲੋ ਵੈਦਿਕ ਸਕੂਲ ਦੇ ਵਿੱਚ ਜੋ ਕਿ ਲਾਹੌਰ ਦੇ ਵਿੱਚ ਸੀ ਜੋ ਕਿ ਆਪਾਂ ਨੂੰ ਬਿਲਕੁਲ ਸਹੀ ਸਟੇਟਮੈਂਟ ਆਪਾਂ ਨੂੰ ਦਿੱਤੀ ਗਈ ਹੈ ਨੈਕਸਟ ਹੈ ਆਪਣੇ ਕੋਲ ਸੈਕੰਡ ਹੀ ਫਾਊਂਡਡ ਦਾ ਪੰਜਾਬ ਨੌਜਵਾਨ ਸਭਾ ਇਨ 1926 ਐਂਡ ਹੀ ਵਾਸ ਹਿਮਸੈਲਫ ਦਾ ਸੈਕਟਰੀ ਯਾਨੀ ਇਹਨਾਂ ਦੇ ਦੁਆਰਾ ਪੰਜਾਬ ਨੌਜਵਾਨ ਸਭਾ ਜੋ ਸੀ ਇਸ ਨੂੰ ਫਾਊਂਡ ਕੀਤਾ ਗਿਆ ਸੀ ਔਰ ਉਸ ਸਭਾ ਦੇ ਇਹ ਮੈਂਬਰ ਬਣ ਗਈ ਸੀ ਯਾਨੀ ਸੈਕਟਰੀ ਬਣ ਗਈ ਸੀ ਪੰਜਾਬ ਨੌਜਵਾਨ ਸਭਾ ਦੇ ਇਹ 1926 ਦੇ ਵਿੱਚ ਇਹਨਾਂ ਦੇ ਦੁਆਰਾ ਬਣਾਈ ਗਈ ਸੀ ਜੋ ਕਿ ਬਿਲਕੁਲ ਆਪਾਂ ਨੂੰ ਸਹੀ ਦਿੱਤੀ ਗਈ ਹੈ ਨੈਕਸਟ ਆਪਨੇ ਕੋਲ 3rd ਸਟੇਟਮੈਂਟ ਹੈ ਹੀ ਹਸ ਅਸਸਿਨੇਟਡ ਸੁਪਰਡਿੰਟੈਂਡੈਂਟ ਆਫ ਪੁਲਿਸ ਮਿਸਟਰ ਸਕਾਟ ਇਨ 1928 ਯਾਨੀ ਇਹਨਾਂ ਨੂੰ ਅ ਅਸੈਸੀਨੇਟ ਕੀਤਾ ਗਿਆ ਸੀ ਜੋ ਸੁਪਰਡਿੰਟੈਂਡੈਂਟ ਸੀ ਜਿਹੜੇ ਪੁਲਿਸ ਦੇ ਵਿੱਚ ਜਿਨ੍ਹਾਂ ਦਾ ਨਾਮ ਸੀ ਮਿਸਟਰ ਸਕਾਟ ਇਹ ਆਪਣੇ ਕੋਲ ਥਰਡ ਸਟੇਟਮੈਂਟ ਹੈ ਜਿਹੜੀ ਇਹ ਗਲਤ ਦਿੱਤੀ ਗਈ ਹੈ ਕਿਉਂਕਿ ਜਿਨ੍ਹਾਂ ਨੇ ਇਹਨਾਂ ਨੂੰ ਅਸੈਸੀਨੇਟ ਕੀਤਾ ਸੀ ਉਹ ਕੀਤਾ ਸੀ ਜੋਹਨ ਸੌਂਡਰਸ ਨੇ ਯਾਨੀ ਪੁਲਿਸ ਜੋ ਸੀ ਉਹ ਕੋਨ ਸੀ ਉਸ ਸਮੇਂ ਉਹ ਸੀ ਜੋਹਨ ਸੌਂਡਰਸ ਜੋਹਨ ਸੌਂਡਰਸ ਯਾਨੀ ਥਰਡ ਸਟੇਟਮੈਂਟ ਆਪਣੇ ਕੀ ਹੈ ਤੇ ਕਰੈਕਟ ਇਨਕਰੈਕਟ ਹੈ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਫੋਰਥ ਹੀ ਥਰੂ ਬੌਮਸ ਇਨ ਦਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਥਰੋ ਅਗੇਂਸਟ ਪਾਸਸਸ ਆਫ ਗਵਰਨਮੈਂਟ ਆਫ ਇੰਡੀਆ ਐਕਟ 1919 ਯਾਨੀ ਨਾ ਦੇ ਦੁਆਰਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਜਿਹੜੇ ਬੰਬ ਸੀ ਉਹ ਸਿੱਟੇ ਗਏ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਅਗੇਂਸਟ ਸਿੱਟੇ ਗਏ ਸੀ ਜੋ ਕਿ ਆਪਣੀ ਇਨਕੋਰੈਕਟ ਦਿੱਤੀ ਗਈ ਹੈ ਯਾਨੀ ਆਪਣਾ ਜੋ ਆਈਟਮਸ ਬਣੂ ਇਸ ਕੁਐਸਚਨ ਦਾ ਉਹ ਬਣੂਗਾ ਬੀ ਆਪਸ਼ਨ 3rd ਔਰ 4th ਨੇ ਜਿਹੜੀਆਂ ਸਟੇਟਮੈਂਟ ਆਪਣੀਆਂ ਇਨਕੋਰੈਕਟ ਦਿੱਤੀਆਂ ਗਈਆਂ ਨੇ ਇਹਨਾਂ ਦੇ ਦੁਆਰਾ ਜੋ ਬੰਬ ਸਿੱਟਿਆ ਗਿਆ ਸੀ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇਹ ਦੋ ਪਰਸਨ ਸੀ ਇੱਕ ਦਾ ਸੀ ਸਰਦਾਰ ਭਗਤ ਸਿੰਘ ਇੱਕ ਪਰਸਨ ਸੀ ਜਿਨ੍ਹਾਂ ਦਾ ਨਾਮ ਸੀ ਬਤੁਕੇਸ਼ਵਰ ਦੱਤਾ ਬਤੁਕੇਸ਼ਵਰ ਦੱਤਾ ਇਹ ਦੋ ਪਰਸਨ ਸੀ ਜਿਨ੍ਹਾਂ ਦੇ ਦੁਆਰਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਗਿਆ ਸੀ ਇਹ ਦੋ ਬਿਲ ਸੀ ਜਿਨ੍ਹਾਂ ਦੇ ਲਈ ਇਹ ਜਿਹੜਾ ਬੰਬੈ ਸਿੱਟਿਆ ਗਿਆ ਸੀ ਇਹ ਦੋ ਰੀਪਰੈਸਿਵ ਬਿਲ ਸੀ ਕਿਹੜੇ-ਕਿਹੜੇ ਬਿਲ ਸੀ ਇਹ ਇੱਕ ਤਾਂ ਸੀ ਪਬਲਿਕ ਸੇਫਟੀ ਬਿਲ ਪਬਲਿਕ ਸੇਫਟੀ ਬਿਲ ਔਰ ਇੱਕ ਬਿਲ ਸੀ ਜਿਸ ਦਾ ਨਾਮ ਸੀ ਟ੍ਰੇਡ ਡਿਸਪਿਊਟ ਬਿਲ ਟ੍ਰੇਡ ਡਿਸਪਿਊਟ ਬਿਲ ਇਹਨਾਂ ਦੋਨਾਂ ਬਿੱਲ ਦੇ ਲਈ ਇਹ ਜਿਹੜਾ ਸਰਦਾਰ ਭਗਤ ਸਿੰਘ ਔਰ ਬਤੁਕੇਸ਼ਵਰ ਦੱਤ ਦੋਨਾਂ ਦੇ ਦੁਆਰਾ ਇਹ ਬੰਬਈ ਦਾ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਜਿਹੜਾ ਸੈਂਕਿਆ ਗਿਆ ਸੀ ਇਹ ਦੋ ਬਿਲ ਸੀ ਜਿਨ੍ਹਾਂ ਦੇ ਨਾਮ ਸੀ ਪਬਲਿਕ ਸੇਫਟੀ ਬਿਲ ਔਰ ਟ੍ਰੇਡ ਡਿਸਪਿਊਟ ਬਿਲ ਇਹ ਤੁਸੀ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਪੰਜਾਬ ਦੇ ਵੇਰੀਅਸ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਚੁੱਕਾ ਹੈ ਪਬਲਿਕ ਸੇਫਟੀ ਬਿਲ ਔਰ ਟ੍ਰੇਡ ਡਿਸਪਿਊਟ ਬਿਲ ਦੇ ਰਿਲੇਟਡ ਇਹ ਦੋਨੋਂ ਜਿਹੜੇ ਬਿਲ ਸੀ ਉਹ ਕਿਹੜੇ ਸੀ ਰਿਪਰੈਸਿਵ ਬਿਲ ਸੀ ਜੋ ਕਿ ਬ੍ਰਿਟਿਸ਼ੀਅਰਜ਼ ਦੇ ਦੁਆਰਾ ਪਾਸ ਕੀਤੇ ਗਏ ਸੀ ਰਿਪਰੈਸਿਵ ਬਿਲ ਇਹ ਵੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਨੈਕਸਟ ਕੁਐਸਚਨ ਹੈ ਆਪਣੇ ਕੋਲ 21ਸਟ ਨੰਬਰ ਕੁਐਸਚਨ 21 ਨੰਬਰ ਕੁਐਸਚਨ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਜਲਿਆਂਵਾਲਾ ਬਾਗ ਮੈਸੇਕਰ ਇਜ਼ ਆ ਕਰੈਕਟ ਯਾਨੀ ਜੋ ਜਲਿਆਂਵਾਲਾ ਬਾਗ ਮੈਸੇਕਰ ਹੋਇਆ ਸੀ ਇਸ ਦੇ ਰਿਲੇਟਡ ਆਪਾਂ ਨੂੰ ਅ ਚਾਰ ਸਟੇਟਮੈਂਟਸ ਦਿੱਤੀਆਂ ਗਈ ਨੇ ਪੁੱਛੀ ਗਈ ਹੈ ਕਿਹੜੀ ਸਟੇਟਮੈਂਟ ਇਸ ਦੇ ਵਿੱਚ ਆਪਾਂ ਨੂੰ ਅ ਜਿਹੜੀ ਕਰੈਕਟ ਹੈ ਉਹ ਦਿੱਤੀ ਗਈ ਆ ਸਭ ਤੋਂ ਪਹਿਲੀ ਆਪਾਂ ਨੂੰ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਜਨਰਲ ਡਾਇਰਵਾਜ਼ ਆ ਲੈਫਟੀਨੈਂਟ ਗਵਰਨਰ ਆਫ ਦਾ ਪੰਜਾਬ ਯਾਨੀ ਜਦੋਂ ਇਹ ਘਟਨਾ ਹੋਈ ਸੀ ਇਹ ਇਨਸੀਡੈਂਸ ਹੋਇਆ ਸੀ ਥੈਟ ਇਜ਼ ਜਲੇਆ ਵਾਲਾ ਬਾਗ ਮੈਸੇਕਰ ਉਸ ਸਮੇਂ ਜੋ ਇੰਡੀਆ ਦੇ ਜਿਹੜੇ ਲੈਫਟੀਨੈਂਟ ਗਵਰਨਰ ਸੀ ਕੌਣ ਸੀ ਜਨਰਲ ਡਾਇਰਾ ਪੰਜਾਬ ਦੇ ਇਹ ਬਿਲਕੁਲ ਸਹੀ ਸਟੇਟਮੈਂਟ ਆਪਾਂ ਨੂੰ ਇਥੇ ਦਿੱਤੀ ਗਈ ਹੈ ਯਾਨੀ ਪਹਿਲੀ ਸਟੇਟਮੈਂਟ ਆਪਾਂ ਨੂੰ ਜਿਹੜੀ ਹੈ ਉਹ ਦਿੱਤੀ ਗਈ ਹੈ ਜਿਹੜੇ ਜਿਹੜੇ ਪਹਿਲੇ ਜਿਹੜੇ ਜਨਰਲ ਡਾਇਰ ਸੀ ਇਹ ਲੈਫਟਨੈਂਟ ਗਵਰਨਰ ਸੀ ਜਿਹੜੇ ਉਸ ਸਮੇਂ ਉਹਨਾਂ ਦਾ ਨਾਮ ਸੀ ਮਾਈਕਲ ਓ ਡਾਇਰ ਮਾਈਕਲ ਓ ਡਾਇਰ ਇਹਨਾਂ ਨੇ ਕਿਹਾ ਹੈ ਜਨਰਲ ਡਾਇਰ ਜਨਰਲ ਡਾਇਰ ਸੀ ਜਿਹੜਾ ਇਹਨਾਂ ਦੇ ਦੁਆਰਾ ਫਾਇਰਿੰਗ ਕੀਤੀ ਗਈ ਸੀ ਯਾਨੀ ਇਹਨਾਂ ਨੇ ਆਪਾਂ ਨੂੰ ਪੁੱਛਿਆ கரੈਕਟ ਯਾਨੀ ਪਹਿਲੀ ਸਟੇਟਮੈਂਟ ਆਪਣੀ ਕੀ ਹੋ ਜਾਏਗੀ ਫੇਰੋਂਗ ਹੋ ਜਾਏਗੀ ਕਿਉਂਕਿ ਜਿਹੜੇ ਜਿਹੜੇ ਮਾਈਕਲ ਓ ਡਾਇਰ ਸੀ ਇਨਾਂ ਦੇ ਦੁਆਰਾ ਲੈਫਟੀਨੈਂਟ ਗਵਰਨਰ ਸੀ ਉਸ ਸਮੇਂ ਜਦੋਂ ਜਲਿਆਂਵਾਲਾ ਬਾਗ ਮੈਸੇਜ ਕਰ ਰਹੀ ਸੀ ਯਾਨੀ ਪਹਿਲੀ ਜਿਹੜੀ ਸਟੇਟਮੈਂਟ ਆਪਣੇ ਕੋਲ ਉਹ ਕੀ ਹੈ ਇਨਕਰੈਕਟ ਹੈ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਸੈਕੰਡ ਦ ਵਿਕਟਿਮਸ ਗੈਦਰਡ ਇਨ ਬਾਗ ਔਰ ਗਾਰਡਨ ਟੂ ਪ੍ਰੋਟੈਸਟ ਅਗੇਂਸਟ ਦਾ ਅਰੈਸਟ ਯਾਨੀ ਇਹਨਾਂ ਨੇ ਆਪਾਂ ਨੂੰ ਕਿਹਾ ਡਾਕਟਰ ਸੱਤੇਪਾਲ ਔਰ ਡਾਕਟਰ ਕਿਚਲੂ ਇਹ ਦੋ ਪਪੂਲਰ ਲੀਡਰਸ਼ਿਪ ਇਹਨਾਂ ਦੇ ਲਈ ਜਿਹੜੀ ਪ੍ਰੋਟੈਸਟ ਸੀ ਇਹ ਜਲਿਆਂਵਾਲਾ ਬਾਗ ਦੇ ਵਿੱਚ ਹੋ ਰਹੀ ਸੀ ਯਾਨੀ ਜੋ ਕਿ ਗਾਰਡਨ ਹੈ ਜਲਿਆਂਵਾਲਾ ਬਾਗ ਇਥੇ ਕੀ ਹੋ ਰਹੀ ਸੀ ਪ੍ਰੋਟੈਸਟ ਹੋ ਰਹੀ ਸੀ ਜੋ ਕਿ ਆਪਾਂ ਨੂੰ ਬਿਲਕੁਲ ਸਹੀ ਸਟੇਟਮੈਂਟ ਇੱਥੇ ਦਿੱਤੀ ਗਈ ਹੈ ਇਹ ਦੋ ਪਰਸਨ ਸੀ ਜਿਨ੍ਹਾਂ ਨੂੰ ਬ੍ਰਿਟਿਸ਼ਰਜ਼ ਦੇ ਦੁਆਰਾ ਅਰੈਸਟ ਕਰ ਲਿਆ ਗਿਆ ਸੀ ਡਾਕਟਰ ਸਤਿਆਪਾਲ ਔਰ ਸੈਫੁਦੀਨ ਕਿਚਲੀ ਨੂੰ ਇਹ ਦੋ ਪਰਸਨ ਸੀ ਜਿਨ੍ਹਾਂ ਨੂੰ ਬ੍ਰਿਟਿਸ਼ਰਜ਼ ਦੇ ਦੁਆਰਾ ਅਰੈਸਟ ਕੀਤਾ ਗਿਆ ਸੀ ਸੈਕੰਡ ਸਟੇਟਮੈਂਟ ਆਪਾਂ ਨੂੰ ਬਿਲਕੁਲ ਕਰੈਕਟ ਇੱਥੇ ਦਿੱਤੀ ਗਈ ਹੈ ਨੈਕਸਟ ਹੈ ਆਪਣੇ ਕੋਲ 3rd 3rd ਸਟੇਟਮੈਂਟ ਦੇ ਵਿੱਚ ਆਪਾਂ ਨੂੰ ਕਿਹਾ ਹੈ ਮਾਈਕਲੋ ਡਾਇਰਸੀ ਇਹ ਪਰਸਨ ਸੀ ਮਾਈਕਲੋ ਡਾਇਰਸੀ ਉਸ ਸਮੇਂ ਕੀ ਸੀ ਲੈਫਟੀਨੈਂਟ ਗਵਰਨਰ ਸਾਂਗਰਕੀੜੀ ਪਾਲੀ ਸਟੇਡੀਅਮ 'ਤੇ ਆਪਾਂ ਇਥੇ ਰੋਂਗੋਦਿਆ ਜਨਰਲ ਡਾਇਰ ਸੀ ਜਿਹੜੇ ਇਹ ਨਹੀਂ ਸੀ ਮਾਈਕਲੋ ਡਾਇਰ ਸੀ ਜਿਹੜੇ ਇਹ ਇਹਨਾਂ ਨੇ ਕਿਹਾ ਹੈ ਪੁਲਿਸ ਸੀ ਜਿਨ੍ਹਾਂ ਦੇ ਦੁਆਰਾ ਅਨ ਆਰਮਡ ਕਰਾਊਡ ਦੇ ਉੱਪਰ ਗੋਲੀਆਂ ਚਲਾਉਣ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਸੀ ਮਾਈਕਲੋ ਡਾਇਰ ਦੇ ਦੁਆਰਾ ਇਹ ਵੀ ਆਪਣੇ ਕੋਲ ਬਿਲਕੁਲ ਗਲਤ ਸਟੇਟਮੈਂਟ ਦਿੱਤੀ ਗਈ ਹੈ ਕਿਉਂਕਿ ਜਿਹੜੇ ਪੁਲਿਸ ਦੇ ਉਸ ਸਮੇਂ ਕਰਮਚਾਰੀ ਸੀ ਜਿਨ੍ਹਾਂ ਦੇ ਦੁਆਰਾ ਇਹ ਫਾਇਰਿੰਗ ਦਾ ਹੁਕਮ ਦਿੱਤਾ ਗਿਆ ਸੀ ਉਹ ਸੀ ਜਨਰਲ ਰੈਗినਾਲਡ ਡਾਇਰਾ ਰੈਜ਼ਿਨਾਲਡ ਰੈਗినਾਲਡ ਡਾਇਰਾ ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਹੈ ਸਾਰਿਆਂ ਦੇ ਪਿੱਛੇ ਡਾਇਰ ਪੈਂਦਾ ਹੈ ਏਸੀ ਮਾਈਕਲ ਓਡਾਇਰ ਜਿਨ੍ਹਾਂ ਦੇ ਦੁਆਰਾ ਗਵਰਨਰਸ਼ਿਪ ਐਡੀ ਲੈਫਟੀਨੈਂਟ ਗਵਰਨਰਸ਼ਿਪ ਐਡੀ ਹੋਲਡ ਕੀਤੀ ਹੋਈ ਸੀ ਪੰਜਾਬ ਦੀ ਉਸ ਸਮੇਂ ਉਸ ਤੋਂ ਬਾਅਦ ਮਾਈਕਲ ਓਡਾਇਰ ਸੀ ਜਿਹੜੇ ਇਹ ਉਹਨਾਂ ਦਾ ਨਾਮ ਸੀ ਇਹ ਨਹੀਂ ਆਏਗਾ ਇੱਥੇ ਇਹ ਆਏਗਾ ਸਰ ਰੈਗినਾਲਡ ਡਾਇਰ ਇਹ ਉਸ ਸਮੇਂ ਪੁਲਿਸ ਕਰਮਚਾਰੀ ਸੀ ਜਿਨ੍ਹਾਂ ਦੇ ਦੁਆਰਾ ਅਨ ਆਰਮਡ ਕਾਊਟ ਦੇ ਉੱਪਰ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਗਏ ਸੀ ਯਾਨੀ ਥਰਡ ਸਟੇਟਮੈਂਟ ਇਹ ਵੀ ਆਪਣੇ ਕੀਏ ਇੱਥੇ ਰਹੋਗੇ ਫਸਟ ਔਰ ਥਰਡ ਨੇ ਇਹ ਇਨਕੋਰੈਕਟ ਨੇ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਰਵਿੰਦਰਨਾਥ ਟੈਗੋਰ ਸੀਏ ਇਹਨਾਂ ਦੇ ਦੁਆਰਾ ਰੀਨੌਂਸ ਕੀਤਾ ਗਿਆ ਸੀ ਆਪਣਾ ਜਿਹੜਾ ਬ੍ਰਿਟਿਸ਼ਰਜ਼ ਦੇ ਦੁਆਰਾ ਇਹਨਾਂ ਨੂੰ ਨਾਈਟ ਹੋਡ ਦਾ ਇੱਕ ਟਾਈਟਲ ਦਿੱਤਾ ਗਿਆ ਸੀ ਇਸ ਪ੍ਰੋਟੈਸਟ ਦੇ ਦੌਰਾਨ ਇਹਨਾਂ ਦੇ ਦੁਆਰਾ ਇਹ ਵਾਪਸ ਕਰ ਦਿੱਤਾ ਗਿਆ ਸੀ ਜੋ ਕਿ ਆਪਾਂ ਨੂੰ ਬਿਲਕੁਲ ਸਹੀ ਸਟੇਟਮੈਂਟ ਦਿੱਤੀ ਗਈ ਹੈ ਯਾਨੀ ਆਪਣਾ ਜੋ ਆਈਟਮਸ ਬਣੂ ਇਸ ਕੁਐਸਚਨ ਦਾ ਉਹ ਕਿਹੜਾ ਬਣੇਗਾ ਸੀ ਆਪਸ਼ਨ ਸੈਕੰਡ ਐਂਡ 4th ਆਰ ਕਰੈਕਟ ਦੂਜੀ ਔਰ ਚੌਥੀ ਸਟੇਟਮੈਂਟ ਇਜ਼ ਰਿਲੇਟਡ ਆਪਾਂ ਨੂੰ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਚਾਰ ਕੁਐਸਚਨਸ ਇਸ ਦੇ ਵਿੱਚ ਮੈਂ ਇਨਕਲੂਡ ਕੀਤੇ ਨੇ 8 ਕਨੈਕਟ ਅਫੇਅਰਸ ਤੋਂ ਕਨੈਕਟ ਅਫੇਅਰਸ ਦੇ ਵਿੱਚ ਇਨਕਲੂਡ ਕੀਤੇ ਨੇ ਚਾਰ ਕੁਐਸਚਨਸ ਇਸ ਦੇ ਵਿੱਚ ਸਭ ਤੋਂ ਪਹਿਲਾ ਕਨੈਕਟ ਅਫੇਅਰ ਦਾ ਕੁਐਸਚਨ ਹੈ 22 ਨੰਬਰ ਕੁਐਸਚਨ ਦ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਜੋ ਹੈ ਨਾਡਾ ਇਸ ਦੇ ਦੁਆਰਾ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜਿਸ ਦੇ ਨਾਲ ਐਥਲੀਟ ਜਿਹਾਣੇ ਯਾਨੀ ਜੋ ਵੀ ਖਿਡਾਰੀ ਨੇ ਇੰਡੀਆ ਲੈਵਲ ਦੇ ਉਹਨਾਂ ਦੇ ਰਿਲੇਟਡ ਇਹ ਬਣਾਈ ਗਈ ਹੈ ਇਹ ਜਿਹੜੀ ਐਪ ਬਣਾਈ ਗਈ ਹੈ ਇਸ ਦੇ ਵਿੱਚ ਜਿਹੜੇ ਪ੍ਰੋਹੀਬਿਟਿਡ ਸਬਸਟੈਂਸਸ ਨੇ ਯਾਨੀ ਜਿਨ੍ਹਾਂ ਨੂੰ ਖਿਡਾਰੀ ਅਨੇ ਕੰਜ਼ੂਮ ਨਹੀਂ ਕਰਨਾ ਇਸ ਦੇ ਉੱਪਰ ਜਿਹੜਾ ਆਪਾਂ ਨੂੰ ਇਨਫੋਰਮੇਸ਼ਨ ਹੈ ਉਹ ਪ੍ਰੋਵਾਈ ਇਸ ਦਾ ਜਿਹੜਾ ਨਾਮ ਰੱਖਿਆ ਗਿਆ ਹੈ ਉਹ ਰੱਖਿਆ ਗਿਆ ਹੈ ਨਾਡਾ ਇੰਡੀਆ ਇਸ ਲਈ ਆਪਣਾ ਜੋ ਆਈਟਮ ਸਾਈਜ਼ ਕੁਸ਼ਚਨ ਦਾ ਉਹ ਹੈ ਸੀ ਆਪਸ਼ਨ ਨਾਡਾ ਇੰਡੀਆ ਯਾਨੀ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਇੰਡੀਆ ਰਾਈਟ ਅਨਸਰ ਇਸ ਕੁਸ਼ਚਨ ਦਾ ਸੀ ਆਪਸ਼ਨ ਇਸ ਤੋਂ ਇਲਾਵਾ ਤੁਸੀ ਇਹ ਵੀ ਯਾਦ ਰੱਖਣਾ ਹੈ ਨਾਡਾ ਜੋ ਹੈ ਇਹਨਾਂ ਦੇ ਦੁਆਰਾ ਹੁਣੀ ਹੁਣੀ ਇੱਕ ਬ੍ਰਾਂਡ ਨੈਮ ਬਸ ਵਧਾਇਆ ਗਏ ਨੇ ਰੀਸੈਂਟਲੀ ਬਣਾਏ ਗਏ ਨੇ ਇਹਨਾਂ ਦਾ ਨਾਮ ਕੀ ਹੈ ਸੁਨੀਲ ਸ਼ੈਟੀ ਸੁਨੀਲ ਸ਼ੈਟੀ ਨੇ ਜਿਹੜੇ ਇਹ ਫੇਮਸ ਬਾਲੀਵੁੱਡ ਐਕਟਰ ਨੇ ਜਿਨ੍ਹਾਂ ਦਾ ਨਾਮ ਹੈ ਸੁਨੀਲ ਸ਼ਾਟੀ ਇਹਨਾਂ ਨੂੰ ਬ੍ਰਾਂਡ ਐਮਬੈਸਡਰ ਬਣਾਇਆ ਗਿਆ ਰੀਸੈਂਟਲੀ ਨਾਡਾ ਇੰਡੀਆ ਦੇ ਦੁਆਰਾ ਇਹ ਵੀ ਤੁਸੀਂ ਯਾਦ ਰੱਖਣਾ ਹੈ ਨਾਡਾ ਇੰਡੀਆ ਦੇ ਦੁਆਰਾ ਸੁਨੀਲ ਸ਼ਾਟੀ ਨੂੰ ਬਣਾਇਆ ਗਿਆ ਐਜ਼ ਆ ਬ੍ਰਾਂਡ ਐਮਬੈਸਡਰ ਆਫ ਨਾਡਾ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਇਟ ਹੈ ਵਰਲਡ ਐਂਟੀ ਡੋਪਿੰਗ ਏਜੰਸੀ ਵਾਡਾ ਇਹ ਵਿਸ਼ਲ ਲੈਵਲ ਤੇ ਹੈ ਔਰ ਜੋ ਨਾਡਾ ਹੈ ਇਹ ਇੰਡੀਆ ਲੈਵਲ ਤੇ ਹੈ ਕਿ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਲੈ ਕੇ ਦੱਸ ਸਕਦੇ ਹੋ ਵਾਡਾ ਦਾ ਜਿਹੜਾ ਹੈੱਡ ਕੁਆਟਰ ਹੈ ਇਜ਼ ਦਾ ਜਿਹੜਾ ਹੈੱਡ ਕੁਆਟਰ ਕਿਸ ਸਿਟੀ ਦੇ ਵਿੱਚ ਹੈ ਔਰ ਕਿਸ ਦੇਸ਼ ਦੇ ਵਿੱਚ ਹੈ ਕਮੈਂ ਨੈਕਸਟ ਕੁਐਸਚਨ ਹੈ ਆਪਣੇ ਕੋਲ 23 ਨੰਬਰ ਕੁਐਸਚਨ ਹੂ ਹੈਜ਼ ਬੀਨ ਕਨਫੈਰਡ ਵਿਦ ਦਾ ਫਰਸਟ ਪ੍ਰੋਫੈਸਰ ਪੀਸੀ ਮੈਲਨੋਬਿਸ ਅਵਾਰਡ ਯਾਨੀ ਪਹਿਲਾ ਪੀਸੀ ਮੈਲਨੋਬਿਸ ਅਵਾਰਡ ਜੋ ਹੈ ਇਹ ਕਿਸ ਨੂੰ ਦਿੱਤਾ ਗਿਆ ਹੈ ਰੀਸੈਂਟਲੀ ਇਹ ਦਿੱਤਾ ਗਿਆ ਹੈ ਰੀਸੈਂਟਲੀ ਸੀ ਰੰਗਰਾਜਨ ਨੂੰ ਯਾਨੀ ਚੱਕਰਵਰਤੀ ਰੰਗਰਾਜਨ ਨੂੰ ਚੱਕਰਵਰਤੀ ਰੰਗਰਾਜਨ ਨੂੰ ਰੀਸੈਂਟਲੀ ਕਲਵਾਰ ਦਿੱਤਾ ਗਿਆ ਹੈ ਦੈਟ ਇਜ਼ ਪੀਸੀ ਮੈਲਨੋਬਿਸ ਅਵਾਰਡ ਇਸ ਲਈ ਆਪਣਾ ਜੋ ਆਈਟਮਸ ਹੈ ਕੁਐਸਚਨ ਦਾ ਉਹ ਹੈ ਸੀ ਆਪਸ਼ਨ ਸੀ ਰੰਗਰਾਜਨ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਜੋ ਪੀਸੀ ਮੈਲਨੋਬਿਸ ਨੇ ਇਹਨਾਂ ਨੂੰ ਇੰਡੀਆ ਦੇ ਵਿੱਚ ਕਿਹਾ ਜਾਂਦਾ ਹੈ ਫਾਦਰ ਫਾਦਰ ਆਫ ਸਟੈਟਿਸਟਿਕਸ ਕਿਸ ਨੂੰ ਕਿਹਾ ਜਾਂਦਾ ਹੈ ਪੀਸੀ ਮੈਲਨ ਆਬੀਸ ਨੂੰ ਕਿਹਾ ਜਾਂਦਾ ਹੈ ਇਹ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਯਾਦ ਰੱਖਣਾ ਹੈ ਔਰ ਇੰਡੀਆ ਦੇ ਵਿੱਚ ਜੋ ਸਟੈਟਿਸਟਿਕਸ ਡੇ ਹੈ ਇਹ 29 ਜੂਨ ਨੂੰ ਮਨਾਇਆ ਜਾਂਦਾ ਹੈ ਯਾਨੀ ਇੰਡੀਆ ਦੇ ਵਿੱਚ ਜੋ ਹੈ ਨੈਸ਼ਨਲ ਸਟੈਟਿਸਟਿਕਸ ਡੇ ਇਹ ਕਦੋਂ ਮਨਾਇਆ ਜਾਂਦਾ ਆਪਣੇ ਕੋਲ ਇਹ ਮਨਾਇਆ ਜਾਂਦਾ ਹੈ ਇੰਡੀਆ ਦੇ ਵਿੱਚ 29 ਜੂਨ ਨੂੰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਪਾਂ ਵਰਲਡ ਸਟੈਟਿਸਟਿਕਸ ਡੇ ਦੀ ਵਰਲਡ ਸਟੈਟਿਸਟਿਕਸ ਡੇ ਜੋ ਹੈ ਇਹ ਆਪਣੇ ਕੋਲ ਮਨਾਇਆ ਜਾਂਦਾ ਹੈ 20 ਅਕਤੂਬਰ ਨੂੰ ਦੋਨਾਂ ਨੂੰ ਦੋਨੇ ਕਨਫਿਊਜ਼ ਨਹੀਂ ਕਰਨਾ ਵਰਲਡ ਸਟੈਟਿਸਟਿਕਸ ਦੇ 20 ਅਕਤੂਬਰ ਨਤੀਜੇ ਨੂੰ ਬਣਾਇਆ ਜਾਂਦਾ ਨੈਸ਼ਨਲ ਸਟੈਟਿਸਟਿਕਸ ਦੇ ਕਿਉਂਕਿ ਇਸ ਦੇ ਬੜੇ ਹੁੰਦਾ ਪ੍ਰੋਫੈਸਰ ਮੈਨਨੋਬਿਸ ਦਾ ਜਿਨ੍ਹਾਂ ਨੂੰ ਕਿਹਾ ਜਾਂਦਾ ਫਾਦਰ ਆਫ ਸਟੈਟਿਸਟਿਕਸ ਇਹ ਵੀ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 24th ਨੰਬਰ ਕੁਐਸਚਨ 24ਵਾਂ ਨੰਬਰ ਕੁਐਸਚਨ ਹੂ ਹੈਜ਼ ਟੇਕਨ ਓਵਰ ਦਾ ਚੇਅਰਮੈਨ ਆਫ ਐਨ ਈ-ਕਾਮਰਸ ਕਮੇਟੀ ਆਫ ਦਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਫਾਰ ਦਾ ਇਅਰ 2020 ਕੀ ਯਾਨੀ 2020 ਕੀ ਦੇ ਲਈ ਜੋ ਕਮੇਟੀ ਬਣਾਈ ਗਈ ਹੈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਲਈ ਈ-ਕਾਮਰਸਲੀ ਬੇਸਿਕਲੀ ਇਹ ਕਮੇਟੀ ਬਣਾਈ ਗਈ ਹੈ ਇਸ ਦੇ ਜਿਹੜੇ ਚੇਅਰਮੈਨ ਬਣਾਇਆ ਗਿਆ ਕਿਸ ਨੂੰ ਬਣਾਇਆ ਗਿਆ ਇਸ ਦੇ ਚੇਅਰਮੈਨ ਬਣੇ ਨੇ ਕੋਨਾਲ ਬਹਲ ਕੋਨਾਲ ਬਹਲ ਨੇ ਜਿਹੜੇ ਇਹਨਾਂ ਨੂੰ ਅਪੋਇੰਟ ਕੀਤਾ ਗਿਆ ਐਸ ਦਾ ਚੇਅਰਮੈਨ ਆਫ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਦੁਆਰਾ ਜੋ ਕਮੇਟੀ ਬਣਾਈ ਗਈ ਹੈ ਇਸ ਲਈ ਆਪਣਾ ਜੋ ਆਇਟਮਸਾਈਸ ਕੁਸਚਨ ਆ ਉਹ ਨੈਕਸਟ ਕੁਐਸਚਨ ਹੈ ਆਪਣੇ ਕੋਲ 25 ਨੰਬਰ ਕੁਐਸਚਨ ਲਾਸਟ ਕੁਐਸਚਨ ਹੈ 25 ਨੰਬਰ ਕੁਐਸਚਨ WHO World Health Organization ਦੇ ਦੁਆਰਾ ਇੱਕ ਇੰਡੀਪੈਂਡੈਂਟ ਪੈਨਲ ਹੈ ਜਿਹੜਾ ਉਹ ਸੈਟਅਪ ਕੀਤਾ ਗਿਆ ਹੈ ਜੋ ਕਿ ਰਿਵਿਊ ਕਰੇਗਾ ਕੋਵਿਡ-19 ਪੈਂਡੈਮਿਕ ਦੇ ਬਾਰੇ ਯਾਨੀ ਇਸ ਦਾ ਜਿਹੜਾ ਰਿਵਿਊ ਕੀਤਾ ਜਾਏਗਾ ਕੋਵਿਡ-19 ਪੈਂਡੈਮਿਕ ਦੇ ਕਾਰਨ ਜੋ ਕਿ ਕੀ ਜਿਹੜਾ ਇੰਪੈਕਟ ਪਿਆ ਹੈ ਕੋਵਿਡ-19 ਦਾ ਲੋਕਾਂ ਦੇ ਉੱਪਰ ਇਸ ਨੂੰ ਰਿਵਿਊ ਕੀਤਾ ਜਾਏਗਾ ਇਸ WHO ਦੇ ਦੁਆਰਾ ਇਸ ਇੰਡੀਪੈਂਡੈਂਟ ਪੈਨਲ ਦੇ ਦੁਆਰਾ ਇਸ ਦੇ ਜਿਹੜੇ ਚੇਅਰਮੈਨ ਬਣਾਇਆ ਗਿਆ ਉਹ ਕਿਸ ਨੂੰ ਬਣਾਇਆ ਗਿਆ ਇਸ ਦੇ ਚੇਅਰਮੈਨ ਬਣਨੇ ਹੈਲਨ ਕਲਾਰਕ ਔਰ ਐਲਨ ਜੌਨਸਨ ਸਰਲੀਫ ਇਸ ਲਈ ਆਪਣਾ ਜੋ ਆਈਟਮਸ ਹੈਸ ਕੁਐਸਚਨ ਦਾ ਉਹ ਹੈ ਦੀ ਆਪਸ਼ਨ ਹੈਲਨ ਕਲਾਰਕ ਔਰ ਐਲਨ ਜੌਨਸਨ ਸਰਲੀਫ ਨੇ ਜਿਹੜੇ ਇਹਨਾਂ ਦੋਨਾਂ ਨੂੰ ਅਪਾਇੰਟ ਕੀਤਾ ਗਿਆ ਹੈ ਐਸ ਅ ਚੇਅਰਮੈਨ ਆਫ ਦਿਸ ਇੰਡੀਪੈਂਡੈਂਟ ਕਮਨ ਇੰਡੀਪੈਂਡੈਂਟ ਪੈਨਲ ਜਿਸ ਨੂੰ ਬਣਾਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਸ ਦਾ ਹੈੱਡ ਕੁਆਟਰ ਜਿਨੇਵਾ ਦੇ ਵਿੱਚ ਜਿਨੇਵਾ ਦੇ ਵਿੱਚ ਹੈੱਡ ਕੁਆਟਰ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ वर्ल्ड ट्रेड ऑर्गेनाइजेशन ਦਾ ਇਹ ਯਾਦ ਰੱਖਣਾ ਹੈ वर्ल्ड हेल्थ ऑर्गेनाइजेशन ਜੋ ਹੈ ਇਸ ਦੇ ਜਿਹੜੇ ਡਾਇਰੈਕਟਰ ਜਨਰਲ ਨੇ ਉਹ ਨੇ ਟੈਡਰੋਸ ਅਦਨੋ ਟੈਡਰੋਸ ਅਦਨੋ ਇਹਨਾਂ ਦੀ ਜਿਹੜੀ ਦੇਸ਼ ਹੈ ਯਾਨੀ ਇਹਨਾਂ ਦੀ ਜਿਹੜੀ ਕੰਟਰੀ ਆ ਉਹ ਹੈ ਇਥੋਪੀਆ ਇਥੋਪੀਆ ਇਹ ਵੀ ਤੁਸੀਂ ਯਾਦ ਰੱਖਣਾ ਹੈ ਔਰ ਇਸ ਦੇ ਵਿੱਚ ਇੰਡੀਆ ਦੇ ਇੱਕ ਚੀਫ ਸਾਇੰਟੀਸਟਸ ਨੇ ਜਿੰਨਾ ਦਾ ਨਾਮ ਹੈ ਸੋਮਿਆ ਸੁਮਿਨਾਥਨ ਸੋਮਿਆ ਸੁਮਿਨਾਥਨ ਡਾਕਟਰ ਸੋਮਿਆ ਸੁਮਿਨਾਥਨ ਇਹ ਪਹਿਲਾਂ ਵਾਈਸ ਚੇਅਰਮੈਨ ਸੀ ਯਾਨੀ ਡੈਪੁਟੀ ਡਾਇਰੈਕਟਰ ਜਨਰਲ ਸੀ ਬਟ ਬਾਅਦ ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਐਸ ਅ ਚੀਫ ਸਾਇੰਟੀਸਟ ਵੱਲ ਹੈਲਥ ਆਰਗੇਨਾਈਜੇਸ਼ਨ ਜਿਸ ਦਾ ਨਾਮ ਹੈ ਐਮ ਐ ਸੋਮਿਆ ਸਵਾਮੀਨਾਥਨ ਇਹ ਵੀ ਤੁਸੀ ਯਾਦ ਰੱਖਣਾ ਹੈ ਏਸੀ 25 ਕੁਐਸਚਨਸ ਜੋ ਜੀ ਕੇ ਦੇ ਆਪਾਂ ਨੇ ਇਸ ਵੀਡੀਓ ਵਿੱਚ ਕਵਰ ਕੀਤੇ ਨੇ ਅਗਰ ਤੁਹਾਨੂੰ ਇਹ ਸੀਰੀਜ਼ ਵਧੀਆ ਲੱਗੀ ਹੋ ਤਾਂ ਇਸ ਸੀਰੀਜ਼ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਨਾ ਹੈ ਔਰ ਜੋ ਸਟੂਡੈਂਟਸ ਇਸ ਸੀਰੀਜ਼ ਨੂੰ ਰੈਗੂਲਰ ਵਾਚ ਕਰਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਤਾਂ ਤੁਸੀਂ 599 ਜੋ ਪੰਜਾਬ ਆਈਕਿਊ ਚੈਨਲ ਦੇ ਉੱਪਰ ਇੱਕ ਜੁਆਇਨ ਬਟਨ ਹੈ ਜਿਹੜਾ ਇਹ ਇੰਸਟਾਲ ਕੀਤਾ ਗਿਆ ਹੈ ਇਸ ਨੂੰ ਜੁਆਇਨ ਕਰਨਾ ਹੈ ਇਸ ਦੇ ਉੱਪਰ ਡੇਲੀ ਤੁਹਾਨੂੰ ਇੱਕ ਨਵੰਬਰ 2020 ਤੋਂ ਡੇਲੀ ਇੱਕ ਵੀਡੀਓ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਇਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਟ੍ਰਿਕਸ ਦਿੱਤੀਆਂ ਜਾਣਗੀਆਂ ਰੀਜ਼ਨਿੰਗ ਰਿਲੇਟਡ ਜਿਸ ਦੇ ਵਿੱਚ ਵਿਦਨ 30 ਸੈਕਿੰਡ ਦੇ ਵਿੱਚ ਤੁਸੀਂ ਆਪਣਾ ਜਿਹੜਾ ਕੁਐਸਚਨਸ ਹੈ ਉਸ ਨੂੰ ਸੋਲਵ ਕਰ ਸਕਦੇ ਹੋ ਵਿਦਨ 30 ਸੈਕਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਤੁਹਾਨੂੰ ਟ੍ਰਿਕਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹ ਇਸ ਕੋਰਸ ਦੇ ਵਿੱਚ ਜਿਹੜਾ ਸਾਰਾ ਮਟੀਰੀਅਲ ਤੁਹਾਨੂੰ ਅਵੇਲੇਬਲ ਕਰਵਾਇਆ ਜਾਏਗਾ ਇਸ ਦੇ ਵਿੱਚ ਚਾਰ ਤੋਂ ਪੰਜ ਮਹੀਨਿਆਂ ਦੇ ਕਰੰਟ ਅਫੀਅਰਸ ਵੀ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਹੀ ਪ੍ਰੋਵਾਈਡ ਕੀਤੇ ਜਾਣਗੇ ਇਸ ਦੇ ਵਿੱਚ ਸਾਰੀਆਂ ਪੀਡੀਐਫਸ ਵੀ ਅਵੇਲੇਬਲ ਹੋਣਗੀਆਂ ਇਸ ਸੀਰੀਜ਼ ਦੇ ਵਿੱਚ ਜੋ ਵੀ ਸਟੂਡੈਂਟਸ ਇਸ ਨੂੰ ਅਵੇਲ ਕਰਨਾ ਚਾਹੁੰਦੇ ਨੇ ਜਲਦੀ ਤੋਂ ਜਲਦੀ ਅਵੇਲ ਕਰ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਆਪਾਂ ਨੇ ਜੋ ਟੋਟਲ ਸੀਟਸ ਰੱਖੀਆਂ ਨੇ ਉਹ ਰੱਖੀਆਂ ਨੇ ਟੋਟਲ ਸੀਟਸ 100 100 ਸੀਟਸ ਤੋਂ ਵੱਧ ਇਸ ਦੇ ਵਿੱਚ ਸਟੂਡੈਂਟਸ ਨੇਡੇ ਇਨਕਲੂਡ ਨਹੀਂ ਕੀਤੇ ਜਾਣਗੇ ਇਸ ਲਈ ਜੋ ਵੀ ਸਟੂਡੈਂਟਸ ਚਾਹੁੰਦੇ ਨੇ ਇਸ ਨੂੰ ਜੁਆਇਨ ਕਰਨਾ ਉਹ ਜਲਦ ਤੋਂ ਜਲਦ ਨੇਡੇ ਉਹ ਜੁਆਇਨ ਕਰ ਸਕਦੇ ਨੇ ਤਾਂ ਕਿ ਆਪਾਂ ਜਲਦ ਤੋਂ ਜਲਦ ਇਸ ਸੀਰੀਜ਼ ਨੂੰ ਕੰਟੀਨਿਊ ਕਰ ਸਕੀਏ ਔਰ ਜਿਆਦਾ ਤੋਂ ਜਿਆਦਾ ਕੁਐਸਚਨਸ ਨੂੰ ਆਪਾਂ ਪ੍ਰੈਕਟਿਸ ਕਰ ਸਕੀਏ ਕਿਉਂਕਿ ਜੋ ਵੀ ਸਟੂਡੈਂਟਸ ਇਸ ਪੇਪਰ ਨੂੰ ਕਰੈਕ ਕਰਨਾ ਚਾਹੁੰਦੇ ਨੇ ਉਹਨਾਂ ਦੇ ਦੁਆਰਾ ਜਿਹੜੀ ਤ ਕਾਲੀ ਹੋਏਗੀ ਕਿਉਂਕਿ ਕਾਫੀ ਜਿਹੜਾ ਕੋਰੋਨਾ ਵਾਇਰਸ ਦੇ ਕਾਰਨ ਕਾਫੀ ਜਿਹੜਾ ਟਾਈਮ ਹੈ ਤਿਆਰੀ ਕਰਨ ਦੇ ਲਈ ਮਿਲ ਚੁਕਿਆ ਹੈ ਇਸ ਲਈ ਤੁਸੀਂ ਇਸ ਟੈਸਟ ਸੀਰੀਜ਼ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਖੁਦ ਵੀ ਚੈੱਕ ਕਰ ਸਕਦੇ ਹੋ ਕਿ ਤੁਸੀਂ ਕਿੱਥੇ ਜਿਹੜਾ ਸਟੈਂਡ ਕਰਦੇ ਹੋ ਇਸ ਮੌਕ ਟੈਸਟ ਸੀਰੀਜ਼ ਦੇ ਵਿੱਚ ਕਿਉਂਕਿ ਅਗਰ ਗੱਲ ਕਰੀ ਆਪਾਂ ਮੌਕ ਟੈਸਟ ਸੀਰੀਜ਼ ਦੀ ਅਗਰ ਕੋਈ টিচার ਹੈ ਜਿਹੜਾ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕਰਦਾ ਹੈ ਉਸ ਦੇ ਵਿੱਚ ਤੁਹਾਨੂੰ ਪੀਡੀਐਫਸ ਪ੍ਰੋਵਾਈਡ ਕਰੇਗਾ ਓਨਲੀ ਪੀਡੀਐਫਸ ਔਰ ਵਿਦ ਤੁਹਾਨੂੰ ਕੀ ਪ੍ਰੋਵਾਈਡ ਕਰ ਦੇਗਾ ਸੋਲੂਸ਼ਨ ਸੋਲੂਸ਼ਨ ਕਿਹੜਾ ਹੋਏਗਾ ਜਿਸ ਜੋ ਕਿ ਆਪਾਂ ਨੂੰ ਬੁੱਕਸ ਵਗੈਰਾ ਦੇ ਵਿੱਚ ਦਿੱਤਾ ਹੁੰਦਾ ਹੈ ਅਗਰ ਆਪਾਂ ਬੁੱਕਸ ਵਗੈਰਾ ਦੇ ਵਿੱਚ ਉਹੀ ਸੋਲੂਸ਼ਨ ਦੇਖਾਂਗੇ ਤਾਂ ਆਪਾਂ ਪੇਪਰ ਕਦੇ ਵੀ ਕ੍ਰੈਕ ਨਹੀਂ ਕਰ ਸਕਦੇ ਕਿਉਂਕਿ ਜਿਹੜੀਆਂ ਟ੍ਰਿਕਸ ਆਪਾਂ ਰੀਜ਼ਨਿੰਗ ਦੇ ਵਿੱਚ ਅਪਲਾਈ ਕਰਾਂਗੇ ਉਸ ਦੇ ਕਾਰਨ ਹੀ ਜਿਹੜਾ ਆਪਣਾ ਪੇਪਰ ਹੈ ਕ੍ਰੈਕ ਹੋ ਸਕਦਾ ਹੈ ਕਿ ਅਗਰ ਆਪਾਂ ਸਾਰੀਆਂ ਟ੍ਰਿਕਸ ਨੂੰ ਅਪਲਾਈ ਕਰਾਂਗੇ ਤਾਂ ਹੀ ਪੇਪਰ ਕ੍ਰੈਕ ਹੋ ਸਕਦਾ ਹੈ ਅਗਰ ਆਪ ਉਹਨਾਂ ਨੂੰ ਆਪਾਂ ਫੋਲੋ ਕਰਕੇ ਆਪਾਂ ਕੁਐਸ਼ਨਸ ਨੂੰ ਸੋਲਵ ਕਰਾਂਗੇ ਤਾਂ ਆਪਾਂ ਕਦੇ ਵੀ ਪੇਪਰ ਨੂੰ ਕਰੈਕ ਨਹੀਂ ਕਰ ਸਕਦੇ ਕਿਉਂਕਿ ਇੱਕ ਕੁਐਸ਼ਨਸ ਨੂੰ ਕਰਨ ਦੇ ਵੇਰੀਅਸ ਪ੍ਰਕਾਰ ਦੇ ਜਿਹੜੇ ਟ੍ਰਿਕਸ ਹੁੰਦੇ ਨੇ ਤਰੀਕੇ ਹੁੰਦੇ ਨੇ ਅਗਰ ਆਪਾਂ ਬੁੱਕਸ ਦੇ ਮਾਧਿਅਮ ਨਾਲ ਚੱਲੀਏ ਤਾਂ ਇੱਕ ਕੁਐਸ਼ਨ ਨੂੰ ਕਰਨ ਦੇ ਲਈ ਆਪਾਂ ਨੂੰ ਘੱਟੋ ਘੱਟ 2 ਤੋਂ 3 ਮਿੰਟ ਚਾਹੀਦੇ ਨੇ ਬਟ ਆਪਾਂ ਨੂੰ ਪੇਪਰਸ ਦੇ ਵਿੱਚ ਵਿਥਿਨ 1 ਮਿੰਟ ਦੇ ਵਿੱਚ ਆਪਣਾ ਜਿਹੜਾ ਆਨਸਰ ਆਉਣਾ ਚਾਹੀਦਾ ਉਹ ਵੀ ਵਿਦ 100% ਐਕੂਰੇਸੀ ਕਿਉਂਕਿ ਜਿਹੜੇ ਆਪਾਂ ਨੂੰ ਬੇਸਿਕ ਮੈਥਡ ਪੜ੍ਹਾਏ ਜਾਂਦੇ ਨੇ ਆਪਾਂ ਨੂੰ 10th ਲੈਵਲ ਦੇ ਤੱਕ ਜਾਂ 12th ਲੈਵਲ ਤੱਕ ਅ ਇੱਕ ਪੇਜ ਜਿਹੜਾ ਪੂਰਾ ਦਾ ਪੂਰਾ ਭਰ ਜਾਂਦਾ ਇੱਕ ਮੈਥ ਦੇ ਕੁਐਸਚਨ ਸੋਲਵ ਕਰਨ ਦੇ ਲਈ ਔਰ ਰੀਜਨਿੰਗ ਦੇ ਕੁਐਸਚਨ ਸੋਲਵ ਕਰਨ ਦੇ ਲਈ ਆਪਣਾ ਅੱਧਾ ਜਿਹੜਾ ਪੇਜ ਹੈ ਉਹ ਭਰ ਜਾਂਦਾ ਬਟ ਇਸ ਦੇ ਵਿੱਚ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਪ੍ਰਕਾਰ ਦੀਆਂ ਟ੍ਰਿਕਸ ਜਿਹੜੀਆਂ ਪ੍ਰੋਵਾਈਡ ਕਰੂੰਗਾ ਉਹ ਤੁਹਾਡੇ ਵਿਦਨ 45 ਸੈਕਿੰਡ ਦੇ ਵਿੱਚ ਤੁਹਾਡੇ ਸਾਰੇ ਕੁਐਸਚਨ ਦੇ ਨੇ ਸੋਲਵ ਹੋ ਜਾਣਗੇ ਇਸ ਦੇ ਵਿੱਚ ਪਜ਼ਲ ਵਗੈਰੇ ਦੇ ਕੁਐਸਚਨ ਵੀ ਤੁਹਾਨੂੰ ਕਰਵਾਏ ਜਾਣਗੇ ਇਸ ਮੌਕ ਟੈਸਟ ਸੀਰੀਜ਼ ਦੇ ਵਿੱਚ ਅਗਰ ਤੁਸੀਂ ਮੌਕ ਟੈਸਟ ਸੀਰੀਜ਼ ਦੀ ਪੀਡੀਐਫ ਪਰਚੇਸ ਕਰਨਾ ਚਾਹੁੰਦੇ ਹੋ ਉਸ ਦੇ ਲਈ ਰਿਲੇਟਡ ਅਲੱਗ ਤੋਂ ਜਿਹੜਾ ਜੁਆਇਨ ਬਟਨ ਦੇ ਵਿੱਚ ਜਿਹੜਾ ਅਲੱਗ ਤੋਂ ਇੱਕ ਕਾਲਮ ਬਣਿਆ ਹੋਇਆ ਉਸ ਨੂੰ ਜੁਆਇਨ ਕਰ ਸਕਦੇ ਹੋ ਅਗਰ ਤੁਸੀਂ ਓਨਲੀ ਪੀਡੀਐਫ ਸਾਈਡ ਆ ਪਰਚੇਸ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਤੁਸੀਂ ਵੀਡੀਓ ਕੋਰਸ ਸਾਈਡ ਅਵੇਲ ਕਰੋ ਤਾਂ ਕਿ ਤੁਹਾਨੂੰ ਜਿਆਦਾ ਤੋਂ ਜਿਆਦਾ ਐਕਸਪਲੇਨੇਸ਼ਨ ਮਿਲ ਸਕੇ ਔਰ ਜਿਆਦਾ ਤੋਂ ਜਿਆਦਾ ਸਟੂਡੈਂਟ ਨੇ ਇਹਨੂੰ ਜਿਹੜਾ ਅਵੇਲ ਕਰ ਸਕਣ ਔਰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡਸ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਵੀਚ ਕਰਨਾ ਹੈ ਤਾਂ ਕਿ ਜੋ ਵੀ ਸਟੂਡੈਂਟਸ ਪੀਪੀਐਸਸੀ ਦੀ ਕਿਸੇ ਵੀ ਪੋਸਟ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਜਿਆਦਾ ਤੋਂ ਜਿਆਦਾ ਸਟੂਡੈਂਟਸ ਇਸ ਸੀਰੀਜ਼ ਦਾ ਫਾਇਦਾ ਉਠਾ ਸਕਣ। ਅਗਰ ਗੱਲ ਕਰੀ ਆਪਾਂ ਵੇਰੀਅਸ ਪਲੈਟਫਾਰਮ ਨੇ ਜਿਹੜੇ ਆਪਾਂ ਨੂੰ ਜਿਹੜੇ ਪੇਪਰਸ ਨੇ ਮੌਕ ਟੈਸਟ ਪੇਪਰਸ ਨੇ ਉਹ ਪ੍ਰੋਵਾਈਡ ਕਰਦੇ ਨੇ ਉਹ ਆਪਾਂ ਨੂੰ 5 ਮੌਕ ਟੈਸਟ ਪ੍ਰੋਵਾਈਡ ਕਰਦੇ ਨੇ ਉਹਨਾਂ ਦੀ ਜਿਹੜੀ ਕੋਸਟ ਹੈ ਉਹ 300 ਦੇ ਆਸਪਾਸ ਰੱਖਦੇ ਨੇ 300 ਤੋਂ ਲੈ ਕੇ 400 ਰੁਪਏ ਤੱਕ ਦੇ ਜਿਹੜੀ ਕੋਸਟ ਹੈ ਉਹ ਰੱਖਦੇ ਨੇ ਬਟ ਉਸ ਦੇ ਵਿੱਚ ਕੋਈ ਐਕਸਪਲੇਨੇਸ਼ਨ ਹੁੰਦੀ ਇਸ ਦੇ ਵਿੱਚ ਤੁਹਾਨੂੰ 5.99 ਦੇ ਵਿੱਚ ਵਿਦ ਐਕਸਪਲੇਨੇਸ਼ਨ ਵੀ ਪ੍ਰੋਵਾਈਡ ਕੀਤੀ ਜਾਏਗੀ ਇਸ ਇਹ ਪੰਜਾਬ ਦਾ ਓਨਲੀ ਚੈਨਲ ਹੋਏਗਾ ਪੰਜਾਬ ਬਾਈਕਿਊ ਜਿਸ ਦੇ ਵਿੱਚ ਤੁਹਾਨੂੰ ਅ ਡੇਲੀ ਬੇਸਿਸ ਦੇ ਉੱਪਰ ਵਿਦ ਕੁਆਲਿਟੀ ਜਿਹੜੀ ਵੀਡੀਓਜ਼ ਨੇ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਸ ਲਈ ਜਿਆਦਾ ਤੋਂ ਜਿਆਦਾ ਫਰੈਂਡਸ ਦੇ ਨਾਲ ਆਪਣੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡ ਬਾਏ ਗਾਟ ਟੂ ਸੀ ਯੂ ਆਲ ਅਗਰ ਤੁਹਾਨੂੰ ਇਹਨਾਂ 25 ਕੁਐਸਚਨਸ ਦੇ ਲੈਟਰਲ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਜਿਹੜਾ ਕੋਰਸ ਹੈ ਉਹ 1 ਨਵੰਬਰ 2020 ਤੋਂ ਇਹੜਾ ਡੇਲੀ ਬੇਸਿਸ ਦੇ ਉੱਪਰ ਇਹਦੀਆਂ ਕਲਾਸਾਂ ਨੇ ਇਹਦੀਆਂ ਪ੍ਰੋਪਰ ਤਰੀਕੇ ਨਾਲ ਉਹ ਸਟਾਰਟ ਕਰ ਦਿੱਤੇ ਜਾਣਗੀਆਂ ਇਸ ਮੌਕ ਟੈਸਟ ਦੀ ਸੀਰੀਜ਼ ਦੇ ਵਿੱਚ ਜੋ ਵੀ ਥਿਊਰੀ ਲੈਵਲ ਦੇ ਜਿਹੜ ਅ ਥਿਉਰੀ ਲੈਵਲ ਦੀ ਜਿਹੜੀ ਵੀਡੀਓਜ਼ ਆਉਣਗੀਆਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਕਾਫੀ ਜਿਹੜੇ ਟੌਪਿਕ ਨੇ ਉਹਨਾਂ ਦੀ ਥਿਉਰੀ ਹੈ ਜਿਹੜੀ ਕਾਫੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਜਿਵੇਂ ਫੋਰ ਐਗਜ਼ਾਮਪਲ ਪੋਲੀਟੀ ਦਾ ਲੈਟਰ ਚਾਰ ਪੰਜ ਟੌਪਿਕ ਨੇ ਜਿਸ ਦੇ ਵਿੱਚ ਕੁਐਸਚਨ ਜਿਹੜੇ ਉਹ ਥਿਉਰੀ ਤੋਂ ਪੁੱਛੇ ਜਾਂਦੇ ਨੇ ਇਸ ਤਰ੍ਹਾਂ ਦੇ ਕੁਐਸਚਨਸ ਵੀ ਇਸ ਦੇ ਵਿੱਚ ਇਨਕਲੂਡ ਕੀਤੇ ਜਾਣਗੇ ਜਿਹੜੇ ਥਿਉਰੀ ਬੇਸਡ ਹੋਣਗੇ ਉਹ ਵੀ ਤੁਹਾਨੂੰ ਲੈਕਚਰ ਇਸ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਇਸ ਕੋਰਸ ਦੇ ਵਿੱਚ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਸੀਂ ਇਸ ਦੇ ਨੇੜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਦੇ ਉੱਤੇ ਜਿਹੜਾ ਮੈਸੇਜ ਕਰ ਸਕਦੇ ਹੋ अदरवाइज ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਕਮੈਂਟ ਕਰ ਸਕਦੇ ਹੋ 84300 84 378 54099 ਇਸ ਦੇ ਉੱਪਰ WhatsApp ਵੀ ਤੁਸੀਂ ਕਰ ਸਕਦੇ ਹੋ ਇਸ ਦੇ ਉੱਪਰ ਤੁਹਾਨੂੰ ਕੋਈ ਵੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਇਸ ਦੇ ਉੱਪਰ ਇਹ ਜਾਣਕਾਰੀ ਜਿਹੜੀ ਤੁਹਾਨੂੰ 1 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਇਸ ਅ WhatsApp ਦੇ ਮਾਧਿਅਮ ਨਾਲ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਸਟੂਡੈਂਟ ਚਾਹੁੰਦਾ ਇਸ ਨੂੰ ਅਵੇਲ ਕਰ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ 27 ਅ ਨਵੰਬਰ ਨੂੰ ਜਿਹੜੇ ਤੁਹਾਡੇ ਪੇਪਰ ਦੇ ਜਿਹੜਾ ਐਡਮਿਟ ਕਾਰਡਸ ਨੇ ਉਹ ਆਊਟ ਕਰ ਦਿੱਤੇ ਜਾਣਗੇ ਪੀਪੀਐਸਸੀ ਦੇ ਦੁਆਰਾ ਔਰ ਤੁਹਾਡੇ ਕੋਲ 1 ਮੰਥ ਬਚਿਆ ਹੈ 1 ਮਹੀਨੇ ਦੇ ਵਿੱਚ ਆਪਾਂ ਪੂਰੀ ਦੀ ਪੂਰੀ ਜਿਹੜੀ ਤਿਆਰੀ ਖਿੱਚ ਲਾਂਗੇ ਕਿਉਂਕਿ ਇਸ ਦੇ ਵਿੱਚ ਆਪਾਂ ਅ 500 ਪਲੱਸ ਕੁਐਸਚਨਸ ਜੀਕੇ ਦੇ ਕਵਰ ਕਰਾਂਗੇ ਔਰ 300 ਦੇ ਆਸ-ਪਾਸ ਕੁਐਸਚਨਸ ਆਪਾਂ ਰੀਜ਼ਨਿੰਗ ਦੇ ਕਵਰ ਕਰਾਂਗੇ ਜਿਸ ਦੇ ਵਿੱਚ ਮੈਕਸਿਮਮ ਕੁਐਸਚਨਸ ਹੋਣਗੇ ਜਿਹੜੇ ਤੁਹਾਡੇ ਇਗਜ਼ਾਮ ਦੇ ਵਿੱਚ ਇੰਨਾ ਦੋਨੋਂ ਸੀਰੀਜ਼ ਦੇ ਵਿੱਚ ਤੁਹਾਨੂੰ ਮਿਲਣਗੇ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇਸ ਦੇ ਵਿੱਚ ਜਿਹੜਾ ਕੁਐਸਚਨਸ ਦਾ ਲੈਵਲ ਹੋਏਗਾ ਉਹ ਹੋਏਗਾ ਡਿਫਿਕਲਟ ਟੂ ਟਫ ਯਾਨੀ ਟਫ ਲੈਵਲ ਦੇ ਜਿਹੜੇ ਕੁਐਸਚਨਸ ਇਸ ਦੇ ਵਿੱਚ ਇਨਕਲੂਡ ਕੀਤੇ ਜਾਣਗੇ ਕਿਉਂਕਿ ਜਿਹੜੇ ਬੇਸਿਕ ਲੈਵਲ ਦੇ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਹਰ ਇੱਕ ਕੁਐਸਚਨ ਹਰ ਇੱਕ ਸਟੂਡੈਂਟ ਦਾ ਉਹ ਜਿਹੜ ਅਟੈਂਪਟ ਕਰ ਸਕਦਾ ਹੈ ਬਟ ਜੋ ਕਿ ਐਡਵਾਂਸ ਲੈਵਲ ਦੇ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਕੁਝ ਹੀ ਸਟੂਡੈਂਟ ਅਟੈਂਪਟ ਕਰ ਪਾਉਂਦੇ ਨੇ ਆਪਾਂ ਨੇ ਉਹ ਸਟੂਡੈਂਟਸ ਨੂੰ ਜਿਹੜੇ ਇਸ ਦੇ ਵਿੱਚ ਇਨਕਲੂਡ ਕਰਨਾ ਹੈ ਜੋ ਕਿ ਐਡਵਾਂਸ ਲੈਵਲ ਦੀ ਜਿਹੜੇ ਤਿਆਰੀ ਕਰਨਾ ਚਾਹੁੰਦੇ ਨੇ ਸੋ ਇਸ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡ ਬਾਏ ਗੋਡ ਬles ਯੂ ਆਲ ਕੀਪ سپورਟਿੰਗ ਪੰਜਾਬ IQ